ਇਸ ਫਿਲਮ ਦੇ ਸਾਰੇ ਪਾਤਰ, ਜਗ੍ਹਾ ਅਤੇ ਘਟਨਾਵਾਂ ਕਾਲਪਨਿਕ ਹਨ। ਜੇਕਰ ਇਹਨਾਂ ਦਾ ਸੰਬੰਧ ਕਿਸੇ ਵਿਅਕਤੀ, ਸੰਸਥਾ ਜਾਂ ਸਮੁਦਾਇ ਨਾਲ ਜੁੜਦਾ ਹੈ ਤਾਂ ਇਸ ਨੂੰ ਮਾਤਰ ਇੱਕ ਸੰਜੋਗ ਸਮਝਿਆ ਜਾਏਗਾ। ਲਿਕਰ ਕੰਜ਼ਪਸ਼ਨ ਇਜ਼ ਇੰਜੂਰੀਅਸ ਟੂ ਹੈਲਥ। ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਚੇਤਨ ਰਹੀ ਤੂੰ ਹੱਕਾਂ ਲਈ ਚੇਤਨ ਰਹੀ ਤੂੰ ਹੱਕਾਂ ਲਈ ਪਿਆ ਹਾਕਮ ਲਾਉਂਦਾ ਦਾ ਜਵਾਨਾ ਹਾਰ ਨਾ ਮੰਨੀ ਪਈ ਉਲਟੀ ਵਗਦੀ ਵਾ ਜਵਾਨਾ ਹਾਰ ਨਾ ਮੰਨੀ ਪਈ ਉਲਟੀ ਵਗਦੀ ਵਾ ਜਵਾਨਾ ਹਾਰ ਨਾ ਮੰਨੀ ਖੁਦਾ ਤੋਂ ਪਹਿਲਾਂ ਖੁਦੀ ਤੇ ਤੂੰ ਰੱਖ ਭਰੋਸਾ ਯਾਰ ਜਿਸ ਪਲ ਤੇ ਹਿੰਮਤ ਹਾਰਦੀ ਹੈ ਜਿੱਤ ਉਸ ਦੇ ਪਾਰ ਮੰਨਦੇ ਹਾਰਿਆ ਹੋਂਦੀ ਹੈ ਜਦ ਵੀ ਹੁੰਦੀ ਹਾਰ ਆਪਣਾ ਮੂਲ ਪਛਾਣ ਤੂੰ ਕਰ ਹਿੰਮਤ ਨੂੰ ਹਥਿਆਰ ਦੇਖੀ ਕਿਧਰੇ ਡੋਲ ਨਾ ਜਾਵੀਂ ਪਿੰਡ ਬੜਾ ਲਮੇਰਾ ਜੇ ਹੁਣ ਜੇ ਵੇਲਾ ਸਾਂਭ ਲਿਆ ਤੇ ਆਉਣ ਵਾਲਾ ਵੀ ਤੇਰਾ ਏ ਅੰਦਰੋਂ ਚਾਨਣ ਕਰਕੇ ਰੱਖੀ ਬਾਹਰੋਂ ਭਾਵੇਂ ਹਨੇਰਾ ਏ ਤੇਰੀ ਹਿੰਮਤ ਸਦਕੇ ਹੀ ਤਾਂ ਹੋਣਾ ਨਵਾਂ ਸਵੇਰਾ ਏ ਜੂਝਦਾ ਹੋਇਆ ਦਮ ਨਾ ਛੱਡੀ ਜੂਝਦਾ ਹੋਇਆ ਦਮ ਨਾ ਛੱਡੀ ਆਊਗਾ ਸੁੱਖ ਦਾ ਸਾ ਜਵਾਨਾ ਹਾਰ ਨਾ ਮੰਨੀ ਪਈ ਉਲਟੀ ਵਗਦੀ ਵਾ ਜਵਾਨਾ ਹਾਰ ਨਾ ਮੰਨੀ
ਰੈੱਡ ਹਾਟਸ ਪੰਜਾਬ ਦੀ ਟੀਮ ਸਾਡੇ ਵਿਚਕਾਰ ਪਹੁੰਚ ਚੁੱਕੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਖੜ੍ਹੇ ਹੋ ਕੇ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰੋ। ਸਾਡੀ ਸੋਚ ਅਤੇ ਮਿਹਨਤ ਕਰਮ ਸਾਡਾ ਸਭ ਸੁੱਚੇ ਅਰਥਾਂ ਵਾਲੇ ਨੇ। ਅਸੀਂ ਜੁੜੇ ਹਾਂ ਮਿੱਟੀ ਨਾਲ, ਸਾਡੇ ਪਹਿਰਾਵੇ ਸੰਘਰਸ਼ਾਂ ਵਾਲੇ ਨੇ। ਜੋ ਮੁੱਢਲੀਆਂ ਲੋੜਾਂ ਲੋਚ ਰਹੀ ਆਵਾਮ ਦੀ ਆਵਾਜ਼ ਹਾਂ ਅਸੀਂ। ਰੈੱਡ ਹਾਟਸ ਪੰਜਾਬ ਹਾਂ, ਅਸੀਂ ਰੈੱਡ ਹਾਟਸ ਪੰਜਾਬ ਹਾਂ। ਪਿਆਰੇ ਵਿਦਿਆਰਥੀਓ, ਰੈੱਡ ਹਾਟਸ ਪੰਜਾਬ ਨੇ ਪੰਜਾਬ ਵਿੱਚ ਉਸ ਕਾਰਜ ਨੂੰ ਸੰਪੂਰਨ ਕੀਤਾ ਹੈ ਜਿਸ ਨੂੰ ਹਰ ਕੋਈ ਕਰਨਾ ਚਾਹੁੰਦਾ ਹੈ ਪਰ ਹਿੰਮਤ ਨਹੀਂ ਜੁਟਾ ਪਾਉਂਦਾ। ਬਾਬਾ ਨਜ਼ਮੀ ਆਖਦਾ ਹੈ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਅਤੇ ਮੈਂ ਹੁਣ ਗੁਜ਼ਾਰਿਸ਼ ਕਰਦਾ ਵਿਦਿਆਰਥੀਆਂ ਨੂੰ ਕਿ ਉਹ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਤਾਂ ਜੋ ਅਸੀਂ ਇਹਨਾਂ ਦੇ ਸੰਘਰਸ਼ਮਈ ਸਫ਼ਰ ਬਾਰੇ ਜਾਣ ਸਕੀਏ। ਰੈੱਡ ਹਾਟਸ ਪੰਜਾਬ, ਪਲੀਜ਼। ਮੈਮ, ਇਹ ਰੈੱਡ ਹਾਟਸ ਟੀਮ ਕਿਵੇਂ ਬਣੀ? ਮੈਮ, ਤੁਸੀਂ ਆਪਣੇ ਜਿੱਤ ਦਾ ਸਹਿਰਾ ਕਿਸ ਨੂੰ ਦੇਣਾ ਚਾਹੋਗੇ? ਮੈਮ, ਤੁਸੀਂ ਨੌਜਵਾਨਾਂ ਲਈ ਆਈਡਲ ਬਣ ਚੁੱਕੇ ਹੋ, ਇਸ ਬਾਰੇ ਕੀ ਕਹੋਗੇ? ਰੈੱਡ ਹਾਟਸ ਕਿਵੇਂ ਬਣੀ, ਸਾਨੂੰ ਕੋਈ ਆਈਡਲ ਸਮਝਦਾ ਜਾਂ ਨਹੀਂ, ਇਹ ਗੱਲ ਇੰਪੋਰਟੈਂਟ ਨਹੀਂ। ਅਤੇ ਗੱਲ ਜਿੱਥੇ ਤੱਕ ਲੜਾਈ ਜਿੱਤ ਲੈਣ ਦੀ ਹੈ, ਤਾਂ ਲੜਾਈ ਤਾਂ ਹਜੇ ਸ਼ੁਰੂ ਹੋਈ ਹੈ ਦੋਸਤੋ। ਰੈੱਡ ਹਾਟਸ ਜਿਵੇਂ ਕਾਲਜ ਵਿੱਚ ਦੋਸਤਾਂ ਦੀਆਂ ਟੋਲੀਆਂ ਹੁੰਦੀਆਂ ਨੇ, ਉਵੇਂ ਅਸੀਂ ਵੀ ਦੋਸਤ ਸੀ। ਬਸ ਫਰਕ ਇੰਨਾ ਸੀ ਕਿ ਅਸੀਂ ਕਿਸੇ ਦੇ ਵੀ ਪਾਲਤੂ ਨਹੀਂ ਸੀ। ਹਰ ਮਾੜੇ ਕੰਮ ਦੇ ਅਸੀਂ ਖਿਲਾਫ ਸੀ। ਸਾਡੀ ਸੋਚ ਇੱਕ ਸੀ, ਤਾਂ ਸ਼ਾਇਦ ਅਸੀਂ ਦੋਸਤ ਸੀ। ਸਈਓ ਨੀ ਅੱਗ ਕਿਉਂ ਨਾ ਬੋਲੇ, ਜੀਭ ਦਾ ਜਿੰਦਰਾ ਕਿਉਂ ਨਾ ਖੋਲੇ, ਸਾਣੇ ਜੀਭ ਲਵਾਹਰ ਅਗਨੀ, ਮੈਂ ਚਾਹੁੰਦੀ ਹਾਂ ਉੱਚੀ ਬੋਲੇ। ਉਹ ਹਰ ਟਾਈਮ ਸੀਰੀਅਸ ਨਾ ਰਿਹਾ ਕਰੋ, ਲੋਕ ਆਪਾਂ ਨੂੰ ਬਾਬੇ ਸਮਝਣ ਲੱਗ ਪੈਣਗੇ। ਅਸੀਂ ਯੂਨੀਵਰਸਿਟੀ 'ਚ ਭਖਦੇ ਮਸਲਿਆਂ 'ਤੇ ਨਾਟਕ ਖੇਡਦੇ ਸੀ ਅਤੇ ਲੋਕਾਂ ਵਿੱਚ ਸਾਡੀ ਪਛਾਣ ਇਸੇ ਗੱਲ ਕਰਕੇ ਸੀ। ਜਿਵੇਂ ਹਰ ਬੰਦਾ ਯੂਨੀਵਰਸਿਟੀ 'ਚ ਅਨੇਕਾਂ ਹੀ ਸੁਪਨੇ ਲੈ ਕੇ ਆਉਂਦਾ, ਉਵੇਂ ਹਾਕੀ ਦਾ ਪਲੇਅਰ ਬਣਨ ਦਾ ਸੁਪਨਾ ਲੈ ਕੇ ਆਇਆ ਸੀ ਗੁਰਜੀਤ। ਕਿਤਾਬਾਂ ਦੀ ਦੁਨੀਆ 'ਚ ਰਹਿਣ ਵਾਲਾ ਅਤੇ ਕਿਤਾਬਾਂ 'ਚੋਂ ਜ਼ਿੰਦਗੀ ਦੇ ਰਾਹ ਤਲਾਸ਼ਦਾ ਸੀ ਨੀਰਜ। ਤੇ ਇਹ ਜਨਾਬ ਇੱਥੇ ਕੁਝ ਵੀ ਨਹੀਂ ਬਣਨ ਆਏ, ਤੇ ਇਹ ਆਪਣੀ ਤੇ ਆਪਣੇ ਉਸਤਾਦ ਦੀ ਇੰਟਰੋਡਕਸ਼ਨ ਆਪ ਦੇਣਗੇ। ਮੇਰਾ ਨਾਮ ਹੈ ਮਿੰਟੂ ਕਾਪਾ। ਯੂ ਆਲ ਆਰ ਮਾਈ ਜੂਨੀਅਰ ਜੀ, ਤੇ ਆਈ ਐਮ ਯੂਅਰ ਸੀਨੀਅਰ ਜੀ। ਪਰ ਮਾਈ ਬੇਬੇ ਇਜ਼ ਸਾਰਿਆਂ ਦੀ ਸੀਨੀਅਰ ਜੀ। ਬੇਬੇ ਕਹਿੰਦੀ ਹੁੰਦੀ ਹੈ ਵੀ ਛੋਟੇ ਛੋਟੇ ਹੁੰਦੇ ਹੈ ਤੇ ਵੱਡੇ ਵੱਡੇ ਹੁੰਦੇ ਹੈ। ਹੁਣ ਗੱਲ ਕਰਦੇ ਹਾਂ ਆਪਾਂ ਉਸ ਉਸਤਾਦ ਜੀ ਬਾਰੇ, ਮਤਲਬ ਉਸਤਾਦ ਜੀ ਬਾਰੇ। ਉਸਤਾਦ ਜੀ ਜਦੋਂ ਸਵੇਰੇ ਸਵੇਰੇ ਉੱਠਦੇ ਆ ਨਾ ਵੀਰੇ, ਤਾਂ ਨੌਕਰ ਚਾਕਰ ਚਾਰੇ ਪਾਸੇ ਚਾਹ ਦੁੱਧ ਤੇ ਬਿਸਕੁਟ ਲੈ ਕੇ ਖੜੇ ਹੁੰਦੇ ਆ। ਜੀ ਜਦੋਂ ਸਵੇਰੇ ਸਵੇਰੇ ਬੁਲਟ ਤੇ ਬਹਿੰਦੇ ਆ ਨਾ, ਤਾਂ ਬਾਪੂ ਨੋਟਾਂ ਦੀ ਗੁੱਟੀ ਫੜਾਉਂਦਾ ਗੁੱਟੀ।
ਉਸਤਾਦ ਜੀ ਜਦੋਂ ਗਲੀ ਚੋਂ ਲੰਘਦੇ ਆ ਨਾ, ਗਲੀ ਚੋਂ ਲੰਘਦੇ ਆ ਬੁਲਟ ਤੇ, ਤਾਂ ਚਾਰੇ ਪਾਸੇ ਸਲਾਮਾਂ ਹੁੰਦੀਆਂ ਸਲਾਮਾਂ। ਜੀ ਜਦੋਂ ਯੂਨੀਵਰਸਿਟੀ ਦੇ ਗੇਟ ਚ ਐਂਟਰ ਕਰਦੇ ਆ ਨਾ, ਤਾਂ ਸਿਕਿਉਰਿਟੀ ਗਾਰਡ ਖਿੱਚ ਕੇ ਸਲੂਟ ਮਾਰਦਾ। ਉਸਤਾਦ ਜੀ ਜਦੋਂ ਸਾਹਮਣੇ ਆਉਂਦੇ ਆ ਨਾ ਸਾਹਮਣੇ, ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਬਾਈ ਉਸਤਾਦ ਇੱਕ ਪਚਾਲ ਪਚਾਲ ਨਹੀਂ ਕਹਿਣਾ, ਓਏ ਨੇਰੀ ਕਹਿ ਨੇਰੀ। ਉਸਤਾਦ ਜੀ ਜਦੋਂ ਕੁਰਸੀ ਤੇ ਬਹਿੰਦੇ ਆ ਨਾ, ਤਾਂ ਸੰਜੇ ਦੱਤ ਲੱਗਦੇ ਆ ਸੰਜੇ। ਬਸ ਵੀਰੇ ਕਹਿਣਾ ਹੈ ਕਿ ਉਸਤਾਦ ਤਾਂ ਯਾਰਾਂ ਦਾ ਯਾਰ ਹੈ, ਯਾਰਾਂ ਦਾ ਯਾਰ। ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦੇ, ਬਨੌਟੀ ਯਾਰ ਦੇ। ਉਹ ਚਾਚਾ ਚਾਹ ਉਬਲ ਗਈ, ਓਏ ਫੇਰ ਉਬਲ ਗਈ, ਬਾਕੀ ਗੱਲ ਨੂੰ ਸੁਣਾਉਂਗਾ ਯਾਰ। ਉਹ ਚਾਹ ਉਬਲ ਗਈ, ਉਹ ਚਾਹ ਉਬਲ ਗਈ, ਚਾਹ, ਉਹ ਚਾਹ ਉਬਲ ਗਈ, ਉਹ ਤੈਨੂੰ ਕਹਿੰਦਾ ਚਾਹ ਉਬਲ ਗਈ। ਓ ਤੂੰ ਫਿਟੇ ਮੂੰਹ ਤੇਰੇ, ਉਸਤਾਦ ਜੀ ਖੜੇ ਐ, ਤੂੰ ਬੈਠੀ ਐ, ਖੜੀ ਹੋ ਜਾ ਖੜੀ। ਆਓ ਉਸਤਾਦ ਜੀ, ਪੈਸੇ ਉਹ ਤੁਸੀਂ ਮੇਰੇ ਪੈਸੇ ਦੇਣੇ ਕਿ ਨਹੀਂ ਦੇਣੇ? ਦੇਣੇ। ਉਹ ਯਾਰ ਉਹਨਾਂ ਮੇਰੀ ਕੰਟੀਨ ਸਮਾਨ ਨਹੀਂ ਜਿੰਨਾ ਜਿੰਨਾ ਤੁਹਾਡਾ ਆਧਾਰ ਕਾਰਡ। ਉਹ ਪੈਸੇ ਦੇ ਦਿਓ ਮੇਰੇ। ਬੇਵਕੂਫ, ਦੇਣੇ ਕਿ ਨਹੀਂ ਪੈਸੇ? ਚਾਚਾ ਜੇ ਮਾਂ ਦਾ ਦੁੱਧ ਪੀਤਾ ਹੈ ਤਾਂ ਮੈਥੋਂ ਮੰਗ ਕੇ ਵਿਖਾ। ਪੈਸੇ ਦਿਓ ਮੇਰੇ, ਪੈਸੇ ਦਿਓ ਮੇਰੇ। ਲੱਗ ਗਿਆ ਪਤਾ ਭਾਜੀ? ਕੀ ਲੱਗ ਗਿਆ ਵੀ? ਤੁਸੀਂ ਮਾਂ ਦਾ ਦੁੱਧ ਪੀਤਾ ਹੈ, ਆਪਾਂ ਤਾਂ ਪਤਾ ਹੀ ਕਰਨਾ ਸੀ। ਉਸਤਾਦ ਦੀ ਬੇਇੱਜ਼ਤੀ ਕੀਤੀ ਹੈ ਤੂੰ ਚਾਚਾ, ਉਸਤਾਦ ਜੀ ਥੋਟੀ ਬੇਇੱਜ਼ਤੀ ਮੇਰੇ ਸਾਹਮਣੇ। ਤੂੰ 10 ਮਿੰਟ ਖੜ ਇੱਥੇ, ਪੈਸੇ ਲਿਆ ਕੇ ਤੇਰੇ ਮੂੰਹ ਤੇ ਮਾਰਦਾ ਮੈਂ। ਓ ਰੱਖ ਇਹਨੂੰ, ਰੱਖ ਇਹਨੂੰ ਥੱਲੇ ਰੱਖ। ਓੜਾ ਰੱਖ ਦਿੰਦਾ, ਉਈ ਦੱਸ। ਓਏ ਓਏ ਓਏ
ਚਾਚਾ ਇਹ ਮੈਨੂੰ ਫਸਾ ਕੇ ਲੰਘ ਗਿਆ, ਇਹਨੇ ਯਾਰ ਮਾਰ ਕੀਤੀ ਹੈ ਚਾਚਾ, ਮੈਨੂੰ ਪਤਾ ਲੱਗ ਗਿਆ ਤੇਰਾ ਗਾਣਾ ਬਿਲਕੁਲ ਠੀਕ ਸੀ। ਕਿਹੜਾ? ਗੋਲੀ ਮਾਰੇ ਉਹ ਜੇ ਬਨਾਉਟੀ ਯਾਰ ਨੂੰ। ਉਹ ਤਾਂ ਮਾਣਕ ਦਾ। ਚਾਚਾ ਗੱਲ ਸੁਣ। ਹਾਂ। ਯਾਰ ਮਾਰ ਸਾਰਿਆਂ ਦੀ ਸਾਂਝੀ ਹੁੰਦੀ ਕਿ ਨਹੀਂ ਹੁੰਦੀ? ਹੁੰਦੀ ਆ। ਹੁੰਦੀ ਆ ਨਾ। ਫਿਰ ਚਾਚਾ ਇਸ ਬੰਦੇ ਨੇ ਮੇਰੇ ਨਾਲ ਯਾਰ ਮਾਰ ਕੀਤੀ ਹੈ, ਸੌ ਲੱਗੇ ਯੋਗ ਰਾਜ ਮਹਾਰਾਜ ਦੀ। ਤੂੰ ਆਸ਼ੀਰਵਾਦ ਦੇ, ਮੈਂ ਬਦਲਾ ਲੈ ਕੇ ਆਉਣਾ ਚਾਚਾ, ਮੈਂ ਬਦਲਾ ਲੈਣਾ, ਤੂੰ ਆਸ਼ੀਰਵਾਦ ਦੇ। ਓਏ ਜਿਉਂਦਾ ਨਾ ਛੱਡੀ, ਟੋਟੇ ਟੋਟੇ ਕਰਦੀ, ਓਏ ਖਾਲੀ ਹੱਥ ਨਾ ਮੁੜੀ, ਖਾਲੀ ਨਾ ਮੁੜੀ ਮਾਂ ਦਿਆ ਮੱਖਣਾ। ਓਏ ਮਾਂ ਦਿਆ, ਓਏ ਓਏ ਮੱਖਣਾ, ਓਏ ਮੱਖਣਾ, ਓ ਮੱਖਣਾ। ਓ ਯਾਰ ਫੇਰ ਉਬਲ ਗਈ। ਸਤਿ ਸ੍ਰੀ ਅਕਾਲ ਜੀ। ਇਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਆਪਾਂ ਨੂੰ ਅੰਗਰੇਜ਼ੀ ਜੀ ਆਉਂਦੀ। ਜੀ ਭਾਈ, ਪੜ੍ਹੇ ਲਿਖੇ ਲੱਗਦੇ ਆ। ਠੀਕ ਹੈ ਭਾਈ। ਆ ਤੇਰੀ ਜੀ, ਆ ਮੇਰੀ ਚੰਗਾ। ਆ ਸਿੱਧਾ ਕਿਹੜੇ ਪਾਸੋਂ ਹੁੰਦਾ? ਇਹ ਬਹੁਤ ਟੇਢੀ ਚੀਜ਼ ਆ। ਕਿਵੇਂ? ਅੰਗਰੇਜ਼ੀ ਚ ਨਾ। ਭਾਈ ਭਾਈ ਕੀ ਹਾਲ ਹੈ? ਠੀਕ ਹੈ। ਆ ਬਾਈ ਨੂੰ ਜਾਣਦਾ? ਇਹਨੂੰ? ਓ ਇਹਨੂੰ ਨਹੀਂ, ਇਹਨੂੰ ਨਹੀਂ ਵੀਰੇ। ਬਾਈ ਦਾ ਨਾਂ ਚੱਲਦਾ ਪੂਰੀ ਯੂਨੀਵਰਸਿਟੀ ਚ, ਸਾਰੇ ਇਹਦਾ ਹੀ ਪਾਣੀ ਭਰਦੇ ਆ ਨੋਟਸ ਲੈਣ ਵਾਸਤੇ। ਸੱਚੀ? ਹੋਰ ਕੀ ਬਾਈ, ਜੇ ਤੂੰ ਵੀ ਨੋਟਸ ਨੋਟਸ ਲੈਣੇ ਆ ਨਾ। ਅੱਛਾ, ਤਾਂ ਯਾਰੀ ਲਾਲਾ ਬਾਈ ਨਾਲ। ਸੱਚੀ? ਹੂੰ ਬਾਈ, ਨਾਲੇ ਪੜ੍ਹਦੇ ਬੰਦੇ ਨੂੰ ਬੁਲਾਈਦਾ ਨਹੀਂ ਹੁੰਦਾ। ਕਿਉਂ? ਉਹਦੇ ਵਰਕ ਅੜਦੀ ਆ ਮੂੰਹ 'ਚ। ਮੇਰੇ ਕਹਿਣ ਦਾ ਮਤਲਬ ਹੈ ਬਾਈ ਨਾਲ ਜਿੰਨੀ ਛੇਤੀ ਯਾਰੀ ਪੈ ਜੇ ਓਨਾ ਹੀ ਚੰਗਾ, ਸਾਰੀ ਯੂਨੀਵਰਸਿਟੀ ਪਾਗਲਾਂ ਵਾਂਗ ਪਿੱਛੇ ਫਿਰਦੀ ਹੈ ਪਰ ਬਾਈ ਕਿਸੇ ਨੂੰ ਮੂੰਹ ਨਹੀਂ ਲਾਉਂਦਾ, ਆਪਣਾ ਤਾਂ ਬੈਸਟ ਫਰੈਂਡ ਹੈ ਨਾ ਤਾਂ। ਅੱਛਾ, ਅੰਗਰੇਜ਼ੀ ਵਾਲੇ ਤਾਂ ਵੱਟ ਕਢਾ ਦਿੰਦਾ ਬਾਈ, ਵੱਟ। ਚੁੱਪ ਕਰ ਜਾ। ਭਾਈ ਆ ਕੀ ਪੜ੍ਹਦਾ ਤੂੰ? ਇੰਨਾ ਟਾਈਮ ਹੈ ਨਹੀਂ ਦੱਸਣ ਦਾ, ਅੰਗਰੇਜ਼ੀ ਆ। ਉਹ ਬੱਲੇ ਬੱਲੇ ਨੂੰ ਇਹ 'ਚ ਬੋਲੀਆਂ ਲਿਖੀਆਂ? ਅੰਗਰੇਜ਼ੀ ਆ ਬਾਈ, ਉਵੇਂ ਨਹੀਂ ਮਤਲਬ। ਹੋਰ ਕਿਹੜੇ ਕਿਹੜੇ ਅੰਗਰੇਜ਼ੀ ਦੇ ਰਾਈਟਰ ਪੜ੍ਹੇ ਆ ਤੁਸੀਂ? ਕਿਹੜੇ ਕਿਹੜੇ ਰਾਈਟਰ ਪੜ੍ਹੇ ਆ ਮੈਂ?
ਮੈਂ ਕਿਵੇਂ ਦੱਸਾਂ, ਬਾਈ ਨੇ ਪਾਲਾ ਵੜਿੰਗ ਤੇ ਹੋਰ ਤਾਰੀ ਲੰਡੇ ਕੇ ਬਾਈ ਮੈਂ ਤਾਂ ਕਦੇ ਸੁਣਿਆ ਨਹੀਂ। ਸੁਣ ਨੂੰ ਯਾਰੋ ਲਾ ਵੀ ਰਹਾ। ਮੈਂ ਕਿਹੜਾ ਚੁੱਪ ਕਰ ਜਾਓ ਚਾਚਾ। ਪੈਸੇ ਓ ਯਾਰ ਪੈਸੇ ਮੇਰੇ ਕੀ ਬੰਦਿਆਂ ਦੀ ਤਰ੍ਹਾਂ ਮੇਰੇ ਪੈਸੇ ਦੇ ਦੋ ਨਹੀਂ ਸਾਬ ਲਾ ਲਓ। ਓ ਯਾਰ ਪੈਸੇ ਚਾਚਾ ਚੁੱਪ ਕਰ ਜਾ। ਜਿਹੜੇ ਮੈਂ ਤੁਹਾਡੋਂ ਪੈਸੇ ਲੈਣੇ ਆ ਉਹ ਮੇਰੇ ਪੈਸੇ ਮੋੜ ਦੋ। ਕੀ ਪੈਸੇ ਦੇ ਦੋ ਮੇਰੇ। ਚਾਚਾ ਚਾਹ ਉੱਬਲ ਗਈ। ਓਏ ਫੇਰ ਉੱਬਲ ਗਈ ਬਾਈ। ਤਾਰੀ ਲੰਡੇ ਕਹਿੰਦੇ ਕੀ ਲਿਖਿਆ ਸੀ? ਲਿਖਿਆ ਵੀਰੇ ਰਾਂਝਾ 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 ਰਾਂਝਾ। ਹਾਂ ਬਾਈ ਅੰਗਰੇਜ਼ਾਂ ਦਾ ਵੀ ਰਾਂਝਾ ਸੀ ਰਾਂਝਾ ਜੌਨਸਨ। ਜੌਨਸਨ ਬਾਈ ਉਹਨੇ ਵੀ ਮੱਝਾਂ ਚਰਾਈਆਂ ਸੀ? ਨਹੀਂ ਉਹਨੇ ਮੱਝਾਂ ਨਹੀਂ ਚਰਾਈਆਂ, ਉਹ ਆਈਫੋਨ ਵਾਲਿਆਂ ਦੇ ਲੱਗਿਆ ਸੀ। ਹਾਂ ਆਈਫੋਨ ਵਾਲਿਆਂ ਦੇ ਲੱਗਿਆ ਸੀ ਬਾਈ। ਮੈਨੂੰ ਲੱਗਦਾ ਬਾਈ ਝੂਠ ਬੋਲਦਾ। ਅਸਤਾ ਝੂਠਾ ਮੈਂ ਝੂਠਾ ਮੈਂ ਝੂਠਾ ਇਹਨੂੰ ਮੋਗੇ ਵਾਲਾ ਕਾਂਡ ਦੱਸ। ਮੋਗੇ ਚ ਨਾ ਛੱਡ ਬਾਈ ਐਵੇਂ ਜਵਾ ਕੇ ਡਰ ਜੂਗਾ। ਉਸਤਾਦ ਗੁੱਸੇ ਕਰਦਾ ਤੂੰ ਉਸਤਾਦ ਗੁੱਸੇ ਕਰਦਾ ਮੈਂ ਉਹ ਬਾਈ ਹੁਣ ਕਿਵੇਂ ਮੈਨੂੰ ਉਸਤਾਦ ਪਾਰਟੀ ਦੇਣੀ ਪਊਗੀ 1000 ਰੁਪਇਆ ਪਾਰਟੀ। ਹਾਂ ਬਾਈ ਮੇਰੇ ਕੋਲ ਹੈ ਨੀ ਯਾਰ। ਹੈ ਨਹੀਂ ਨਹੀਂ ਹੈ ਨੀ ਉਹ ਨਹੀਂ ਮੋਗੇ ਵਾਲਾ ਕਾਂਡ ਦੱਸ ਕਾ ਮੋਗੇ ਚ ਨਾ ਵੀਰੇ ਬਾਹਰ ਨਿਕਲ ਜਾਓ। ਖੜ ਜਾ ਬਾਈ ਇੱਕ ਮਿੰਟ ਆਲੇ ਜਾਓ ਜਾਓ 1000 ਰੁਪਇਆ ਆ ਗਿਆ। ਚੱਲ ਐਂ ਦੱਸ ਤੇਰਾ ਕਮਰਾ ਨੰਬਰ ਕਿੰਨਾ? 33 33 ਓਏ ਚੁੱਪ ਕਰ ਜਾ ਓਏ ਚੁੱਪ ਕਰੋ ਓਏ ਬਾਹਰ ਨਿਕਲੋ ਸਾਰੇ ਓਏ। ਉਹ ਮੈਨੂੰ ਬੋਲਣ ਵਾਲੇ ਬੰਦੇ ਬਹੁਤ ਭੜੇ ਲੱਗਦੇ ਆ। ਉਹ ਘਰੇ ਘਰ ਵਾਲੀ ਨਹੀਂ ਬੋਲਣ ਦਿੰਦੀ, ਇੱਥੇ ਪ੍ਰਿੰਸੀਪਲ ਦੀ ਬੋਲਣ ਦਿੰਦਾ। ਉਹ ਮੈਂ ਮਰ ਜੂ ਉਹ ਮੈਂ ਸੁਸਾਈਡ ਕਰ ਜੂ। ਉਹ ਬਾਹਰ ਨਿਕਲੋ ਸਾਰੇ ਓਏ ਉਹ ਮੇਰੀ ਸੂਟ ਖਰਾਬ ਕੀਤੀ ਪਈ ਆ। ਉਹ ਭੱਜ ਜਾ ਉਹ ਭੱਜ ਜਾ ਸਾਰੇ ਓਏ। ਸੌਰੀ 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 ਚਾਚਾ ਚਾਹ ਉੱਬਲ ਗਈ।
ਹਾਂ ਬਾਈ, ਕੀ ਹਾਲ ਚਾਲ ਨੇ? ਠੀਕ ਹੈ ਵੀਰੇ। ਉਹ ਬਾਈ, ਵੈਸੇ ਤੁਸੀਂ ਲੋਕਾਂ ਸਾਹਮਣੇ ਤਾਂ ਬਹੁਤ ਸੋਹਣਾ ਨਾਟਕ ਕਰਦੇ ਹੋ, ਪਰ ਮਾੜੇ ਕੰਮ ਵਾਸਤੇ। ਉਹ ਸਾਡੇ ਨਾਲ ਆ ਜਾਓ, ਨਾਟਕ ਕਰ ਲਓ ਆ ਕੇ, ਨਾਲੇ ਤੁਹਾਡਾ ਸ਼ੌਂਕ ਪੂਰਾ ਹੋਜੂ ਅਤੇ ਨਾਲੇ ਮਾੜੇ ਕੰਮਾਂ ਤੋਂ ਦੂਰ ਰਹੋਗੇ। ਸੰਗ ਲੱਗਦੀ ਹੈ ਵੀਰੇ। ਮੈਨੂੰ ਤਾਂ ਆਪ ਲੱਗਦੀ ਹੈ ਯਾਰ। ਮੈਂ ਆਪਣੇ ਦੋਨਾਂ ਵੱਲੋਂ ਹੀ ਕਿਹਾ ਬੇਵਕੂ। ਉਹ ਬਾਈ, ਮਾੜੇ ਕੰਮ ਦਾ ਮਾੜਾ ਨਤੀਜਾ, ਆ ਛੱਡੋ ਯਾਰ ਨਸ਼ੇ ਨੁਸ਼ੇ। ਕਿਉਂ ਬਾਈ, ਤੁਹਾਨੂੰ ਕਿਵੇਂ ਪਤਾ? ਤੁਸੀਂ ਕਦੇ ਕਰਕੇ ਵੇਖਿਆ? ਓਕੇ ਬਾਈ, ਅਸੀਂ ਚੱਲੇ ਹਾਂ ਯਾਰ, ਸਾਡੀ ਪੜ੍ਹਾਈ ਖਰਾਬ ਹੁੰਦੀ ਆ। ਉਹ ਬਾਈ, ਤੁਹਾਨੂੰ ਸਹੀ ਰਹਿ ਪਾਉਣਾ ਸਾਡਾ ਫਰਜ਼ ਬਣਦਾ ਹੈ। ਸਾਨੂੰ ਪਤਾ ਹੀ ਹੈ ਠੇਕੇਦਾਰ ਰਾਜ ਦਰਸ਼। ਉਹ ਹੈਲੋ ਹੈਲੋ ਨਹੀਂ ਵੀਰੇ, ਸਤਿ ਸ਼੍ਰੀ ਅਕਾਲ ਕਹੀਦਾ ਹੁੰਦਾ। ਛੱਡ ਯਾਰ, ਮੱਝ ਮੂਹਰੇ ਵੀਣ ਵਜਾਉਣ ਦਾ ਕੋਈ ਫਾਇਦਾ ਨਹੀਂ। ਉਹ ਨਹੀਂ ਯਾਰ, ਇਹ ਵੀ ਆਪਣੇ ਨੇ, ਇਹਨਾਂ ਨੂੰ ਸਮਝਾਉਣਾ ਆਪਣਾ ਫਰਜ਼ ਬਣਦਾ ਹੈ। ਕਾਪੇ, ਕਿੰਨਾ ਚਿਰ ਨਵੀਆਂ ਮੁਰਗੇ ਲੱਭਦੇ ਰਹਾਂਗੇ? ਪੱਕਾ ਇੰਤਜ਼ਾਮ ਕਰਨਾ ਪੈਣਾ। ਓਏ, ਟੈਨਸ਼ਨ ਨਹੀਂ ਲੈਣੀ। ਬੇਬੇ ਕਹਿੰਦੀ ਆ ਮਨ 'ਚ ਵਿਸ਼ਵਾਸ ਹੋਣਾ ਚਾਹੀਦਾ, ਕੰਮ ਕੁੰਮ ਆਪੇ ਹੀ ਬਣਦੇ ਰਹਿੰਦੇ ਆ। ਨਾਲੇ ਜਿੰਨਾ ਚਿਰ ਆਪਣੇ ਕੋਲ ਬਾਈ ਜੀ, ਚਿੰਤਾ ਕਾਹਦੀ? ਬਾਈ ਜੀ ਜਿੰਦਾਬਾਦ, ਬਾਈ ਜੀ ਜਿੰਦਾਬਾਦ। ਮੇਰੀ ਗੱਲ ਸੁਣ, ਜਿਹੜੇ ਨੇ ਆਪਣੇ ਡਾਕਟਰ ਸਾਹਿਬ, ਆਪਾਂ ਉਹਦੇ ਕਮਰੇ 'ਚ ਵੀ ਜਾਣਾ ਯਾਰ। ਆਪਾਂ ਨੂੰ 1000 rupees ਦਿੱਤੇ ਉਹਨੇ, 1000 rupees। ਆਪਾਂ ਪਾਰਟੀ ਦੇ ਕੇ ਆਉਣੀ ਉਹਨੂੰ, ਠੀਕ ਹੈ? ਲਓ ਜੀ, ਨੀਰਜ ਦੀ ਖੁਸ਼ੀ 'ਚ, ਡਾਕਟਰ ਸਾਹਿਬ ਜਿਨ੍ਹਾਂ ਨੇ ਆਪਾਂ ਨੂੰ 1000 rupees ਦਿੱਤਾ, ਉਹਨਾਂ ਦੀ ਖੁਸ਼ੀ 'ਚ ਤੁਹਾਡੇ ਸਾਹਮਣੇ ਪੇਸ਼ ਹੈ ਜੀ, ਪੰਜਾਬ ਦੀ ਆਨ ਬਾਨ ਸ਼ਾਨ ਤੇ ਗੰਦੀ ਜ਼ਬਾਨ, ਦੀਪ ਜਗਦੀਪ। ਉਹ ਚੱਲਦੇ ਗੜਾਸਿਆਂ ਨਾ ਦੰਦ ਪੁਰ ਕੇ ਘਰ ਵਾਰ ਰਾਤ ਵੇਲੇ ਘਰੇ ਮੁੜ ਕੇ। ਮੈਂ ਕਿਸੇ ਵੀ ਦੇਸ਼ ਦਾ ਭਵਿੱਖ ਉੱਥੋਂ ਦੀ ਜਵਾਨੀ ਦੇ ਬੁੱਲਾਂ ਤੇ ਚੜੇ ਗੀਤਾਂ ਨੂੰ ਸੁਣ ਕੇ ਦੱਸ ਸਕਦਾ। ਇਹ ਗੱਲ ਮੈਂ ਨਹੀਂ ਕਹੀ, ਮੈਥੋਂ ਵੀ ਕਿਸੇ ਸਿਆਣੇ ਬੰਦੇ ਨੇ ਕਹੀ ਹੈ। ਹਾਂ, ਇਸ ਹਿਸਾਬ ਨਾਲ ਤਾਂ ਆਪਣੇ ਦੇਸ਼ ਦਾ ਕੋਈ ਭਵਿੱਖ ਹੀ ਨਹੀਂ ਹੋਇਆ ਠੁੱਸ। ਕਰੋ ਭਗਤਾਂ ਦੀ ਸੇਵਾ। ਲਓ ਜੀ, 5 lakh rupees ਦੇ ਸਾਂਭ ਕੇ। ਸ਼ੁਕਰੀਆ ਜੀ, ਅਤੇ ਤੁਸੀਂ ਜੀ ਟਾਈਮ ਨਾਲ ਹੀ ਆ ਜਾਣਾ, ਕਿਉਂਕਿ ਜਗਰਾਤੇ ਦਾ ਰਿਬਨ ਵੀ ਤੁਸੀਂ ਕੱਟਣਾ ਹੈ। ਹੋ, ਜਦੋਂ ਆ ਹੀ ਗਏ ਫਿਰ ਭਾਵੇਂ ਬੰਦਾ ਕਟਾ ਲਿਓ। ਜੈ ਮਾਤਾ ਦੀ। ਹਾਂ ਬਾਈ ਸ਼ਿਵਾ, ਕੀ ਰਿਪੋਰਟ ਹੈ? ਜਨਾਬ, ਸ਼ਿਵੇ ਦੇ ਹੁੰਦਿਆਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਆਪਾਂ ਤਾਂ CBI ਨਾਲੋਂ ਵੀ ਵੱਡੇ ਜਸੂਸ ਹਾਂ। ਏਰੀਏ 'ਚ ਤੁਹਾਡੇ ਖਿਲਾਫ਼ ਜੇ ਕਿਸੇ ਨੇ ਆਪਣੇ ਦਿਮਾਗ 'ਚ ਸੋਚਿਆ ਵੀ ਨਾ, ਤਾਂ ਆਪਾਂ ਉਹਦਾ ਦਿਮਾਗ ਕੱਢ ਕੇ ਤੁਹਾਡੇ ਪੈਰਾਂ 'ਚ ਰੱਖ ਦੇਣਾ। ਲੈ ਵੀ ਸ਼ਿਵਾ। ਹਾਂਜੀ ਨਿਸ਼ਾਨ। ਮਾਲ ਥੋੜ੍ਹਾ ਘੱਟ ਵਿਕਿਆ, ਲੋਕਾਂ ਕੋਲ ਪੈਸਾ ਹੀ ਹੈ ਨਹੀਂ। ਚਲੋ, ਜਿੰਨਾ ਕੋਲ ਹੋਣਾ ਚਾਹੀਦਾ ਉਹਨਾਂ ਕੋਲ ਤਾਂ ਹੈ। ਤੈਨੂੰ ਖਾਸ ਕੰਮ ਲਈ ਬੁਲਾਇਆ ਇੱਥੇ। ਇਹ ਕੀ ਹੈ? ਇਹ ਇਹਨੂੰ ਚਿੱਟਾ ਪਾਊਡਰ ਕਹਿੰਦੇ ਨੇ, ਮੰਡੀਰ ਨੂੰ ਲਾਉਣਾ ਗੇ ਉੱਤੇ। ਪੰਜਾਬ ਦੀ ਜਵਾਨੀ ਦਾ ਖੂਨ ਖਾਸਾ ਗਰਮ ਹੈ, ਜਿੰਨਾ ਠੰਡਾ ਰਹੂ ਉਨਾ ਸਾਡੇ ਭਲੇ 'ਚ ਹੈ। ਸਮਝੋ, ਤੁਹਾਡਾ ਕੰਮ ਹੋ ਗਿਆ। ਇਹ ਤੈਨੂੰ ਵੇਚਣ ਲਈ ਨਹੀਂ ਦਿੱਤਾ, ਹਲੇ ਤਾਂ ਸਿਰਫ ਦਰਸ਼ਨ ਕਰਨੇ ਆ। ਆਪਾਂ ਨੂੰ ਗਾਹਕ ਨਹੀਂ ਚਾਹੀਦੇ, ਗਾਹਕ ਤਾਂ ਆ ਜਾਣਗੇ।
ਆਪਾਂ ਨੂੰ ਚਾਹੀਦੇ ਆ ਵੇਚਣ ਵਾਲੇ ਨੌਜਵਾਨ ਮੁੰਡਿਆਂ ਨੂੰ ਇੱਥੇ ਲੈ ਕੇ ਆ ਆਪਣੇ ਕੋਲ ਠੀਕ ਹੈ ਗਾਹਕ ਨਹੀਂ ਗੈਂਗਸਟਾਰ ਚਾਹੀਦੇ ਆ ਗੈਂਗਸਟਰ ਗੈਂਗਸਟਾਰ ਸਿਰਫ 5 ਕਦਮ ਦੂਰ ਰਹਿ ਗਿਆ ਨੀਰਜ ਤੋਂ ਡਾਕਟਰ ਨੀਰਜ ਬਣਨ ਲਈ ਫਿਰ ਕਿਸਮਤ ਆਪ ਕੋਲ ਆਵੇਗੀ ਅਤੇ ਦਰਵਾਜ਼ਾ ਖੜਕਾਵੇਗੀ ਹੈ ਬਾਹਲਾ ਹੀ ਤੇਜ਼ ਆ ਪਤੰਦਰਾ ਤੂੰ ਤਾਂ ਡਾਕਟਰ ਸਾਹਿਬ ਉਹ ਬਾਈ ਤੁਸੀਂ ਆ ਗਏ ਨਹੀਂ ਹਜੇ ਆਉਣਾ ਉਹ ਬਾਈ ਯਾਰ ਓ ਬਾਈ ਯਾਰ ਤੁਸੀਂ ਮੇਰੇ ਕਮਰੇ ਸ਼ਰਾਬ ਚੱਕ ਲਿਆ ਯਾਰ ਉਹ ਮੇਰਾ ਡੈਡੀ ਗਾਲਾਂ ਕੱਢੂ ਯਾਰ ਇੱਕ ਵਾਰੀ ਮੇਰੇ ਡੈਡੀ ਨੇ ਮੈਨੂੰ ਗਾਲਾਂ ਕੱਢੀਆਂ ਫਿਰ ਇੱਕ ਵਾਰੀ ਮੇਰੇ ਪਾਪੇ ਨੇ ਮੈਨੂੰ ਗਾਲਾਂ ਕੱਢੀਆਂ ਫਿਰ ਦਾਰੂ ਪੀ ਕੇ ਮਾਇਆ ਕੱਢੀਆਂ ਬਾਈ ਮੈਂ ਦਾਰੂ ਨਹੀਂ ਪੀਂਦਾ ਯਾਰ ਪੀਣੀ ਵੀ ਨਹੀਂ ਚਾਹੀਦੀ ਵੀਰੇ ਅਸੀਂ ਯੂਨੀਵਰਸਿਟੀ 'ਚ ਕਿਸੇ ਵੀ ਮੁੰਡੇ ਨੂੰ ਦਾਰੂ ਦੂਰੂ 'ਤੇ ਨਹੀਂ ਲਾਉਂਦੇ ਵੀਰੇ ਇਹਦੇ ਵਾਸਤੇ ਸਪੈਸ਼ਲ ਗਿਫਟ ਲਿਆਂਦਾ ਨਾ ਆ ਚੱਕ ਤੇਰੇ ਵਾਸਤੇ ਸਪੈਸ਼ਲ ਗਿਫਟ ਤਾਂ ਪੇਸ਼ ਹੈ ਠੰਡੀ ਠਾਰ ਉਹ ਬੀਅਰ ਉਹ ਬਾਈ ਬੀਅਰ ਵੀ ਤਾਂ ਦਾਰੂ ਹੀ ਹੁੰਦੀ ਹੈ ਤੈਨੂੰ ਕੌਣ ਕਹਿੰਦਾ ਉਹ ਬਾਈ ਸਾਰੇ ਦਾ ਕਹਿੰਦੇ ਆ ਬਾਈ ਸਾਰੇ ਝੂਠ ਮਾਰਦੇ ਆ ਵੀਰੇ ਹੁਣ ਤਾਂ ਤੇਰੇ ਸਟਾਫ ਵਾਲਿਆਂ ਨੇ ਡਾਕਟਰਾਂ ਨੇ ਵੀ ਕਹਿਤਾ ਕੀ ਕਹਿਤਾ ਬਾਈ ਵੀ ਬੀਅਰ ਅੰਦਰ ਤੇ ਪੱਥਰੀ ਜਲੰਧਰ ਉਹ ਬਾਈ ਯਾਰ ਮੈਂ ਨਹੀਂ ਪੀਣੀ ਯਾਰ ਬਿਲਕੁਲ ਨਹੀਂ ਪੀਣੀ ਉਹ ਬਿਲਕੁਲ ਨਹੀਂ ਪੀਣੀ ਯਾਰ ਨਹੀਂ ਪੀਣੀ ਨਹੀਂ ਪੀਣੀ ਕਾਪੇ ਮੋਗੇ ਲਗਾਉਣ ਦਾ ਮੋਗੇ ਨਾ ਵੀਰੇ ਬਾਈ 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 ਜਵਾਕ ਹੈ ਬਾਈ ਡਰ ਜੂਗਾ ਉਹ ਬਾਈ ਯਾਰ ਮੈਂ ਨਹੀਂ ਪੀਣੀ ਮੈਂ ਪੜ੍ਹਨਾ ਯਾਰ ਆਪਾਂ ਬੈਠੇ ਹਾਂ ਨੋਟਿਸ ਚਾਹੀਦੇ ਆ ਚੱਕੋ ਤੂੰ ਦੱਸ ਯੂਨੀਵਰਸਿਟੀ 'ਚ ਹਮੇਸ਼ਾ ਫਸਟ ਕੌਣ ਆਉਂਦਾ ਯੂਨੀਵਰਸਿਟੀ ਦਾ ਟੋਪਰ ਕੌਣ ਬਾਈ ਸਾਨੂੰ ਤਾਂ ਆਪ ਨਹੀਂ ਪਤਾ ਆਪਾਂ ਕਿਲਣੇ ਪਰ ਮੇਰੀ ਗੱਲ ਸੁਣ ਸਾਰੇ ਸਿਲੇਬਸ ਦੇ ਨੋਟਿਸ ਆਏ ਚੁਟਕੀ ਚਲੂ ਦੇਖੀ ਫਿਰ ਅੱਛਾ ਬਾਈ ਪਰਸੋਂ ਇੱਕ ਵਾਰੀ ਇੱਕ ਕੁੱਟ ਪੀ ਲਾ ਵੈਲਕਮ ਹੋ ਜਾਓ ਮੋਰਤ ਹੋ ਜਾਓ ਉਦੋਂ ਬਾਅਦ ਅਸੀਂ ਜਾਣੀ ਤੇ ਸਾਡਾ ਕੰਮ ਜਾਣਾ ਸਿਰਫ ਇੱਕ ਕੁੱਟ ਡਾਕਟਰ ਸਾਹਿਬ ਖੁਦ ਖੋਲਣਗੇ ਆਪ ਨਹੀਂ ਬਾਈ ਖੋਲੋ ਪਲੀਜ਼ ਓਏ ਐਂ ਨਹੀਂ ਐਂ ਪੱਟੀ ਦੀਆਂ ਜੜ੍ਹ ਨਾਲ ਡਾਲਾ ਡਾਲਾ ਦੰਦਾਂ ਦੇ ਡਾਲਾ ਚਲੋ ਜੀ ਡਾਕਟਰ ਸਾਹਿਬ ਖੋਲਦੇ ਖੋਲਦੇ ਡਾਕਟਰ ਸਾਹਿਬ ਜਿੰਦਾਬਾਦ ਓ ਬਾਈ ਯਾਰ ਕੌੜੀ ਤਾਂ ਹੋਊਗੀ ਪੀਅਰ ਪੀਤੀ ਹੈ ਗਾਹਕੜਾ ਤੇਰੀ ਬੇਬੇ ਨੇ ਸ਼ਿਕੰਜ ਵੀ ਭੇਜੀ ਹੈ ਇੱਕ ਘੁੱਟ ਪੀਲੀ ਨਾ ਪੀਲੀ ਬਾਈ ਜਿੱਥੇ ਇੱਕ ਘੁੱਟ ਪੀਣੀ ਸਾਰੀ ਪੀਲਾ ਤੇਰਾ ਧਰਮ ਦਾ ਭ੍ਰਸ਼ਟ ਹੋ ਹੀ ਗਿਆ ਕਾਕਾ
ਉਸਤਾਦ ਮਾਰਦੇ ਛੱਡੀ ਨਾ ਮਾਰਦੇ ਸੁਣ ਲੈ ਯਾਰ ਕੀ ਵਹਿਮੀ ਸੀ ਯਾਰ ਤਰੋਈ ਕੱਢਤਾ ਸੀ ਗੁਰੂ ਆ ਗੇੜੀ ਲਾਉਣ ਚੱਲੀਏ ਪਹਿਲਾਂ ਗੇੜੀ ਜੋਗੇ ਹੋ ਤਾਂ ਜਾਈਏ ਬਾਈ ਜੀ ਕੋਲ ਚੱਲਦੇ ਆ ਚੱਲ ਯਾਰ ਚੱਲ ਮੂੰਹ ਧੋਲਾ ਫਿਰ ਚੱਲੀਏ ਸ਼ੇਰਾਂ ਨੇ ਕਦੇ ਮੂੰਹ ਨਹੀਂ ਧੋਤੇ ਸ਼ੇਰਾਂ ਤੋਂ ਆਪਾਂ ਕੀ ਲੈਣਾ ਯਾਰ ਆਪਾਂ ਸ਼ੇਰ ਆਪਾਂ ਗਿੱਦੜ ਆ ਯਾਰ ਚਲੋ ਬਾਈ ਚੱਲੀਏ ਬਾਈ ਜੀ ਜੇ ਤੁਸੀਂ ਕਹੋ ਤਾਂ ਯੂਨੀਵਰਸਿਟੀ ਵਾਲਾ ਕੰਮ ਮੈਂ ਨਾ ਸਾਂਭਲਾਂ ਨਹੀਂ ਹੋਏ ਤੂੰ ਆਪਣੇ ਇਲਾਕੇ ਵਿੱਚ ਹੀ ਠੀਕ ਹੈ ਉੱਥੇ ਤਾਂ ਆਪਾਂ ਹੋਰ ਸ਼ੇਰਾਂ ਨੂੰ ਕੰਮ ਲਾਵਾਂਗੇ ਬੇਰੁਜ਼ਗਾਰੀ ਬਾਹਲੀ ਵੱਧ ਗਈ ਹੈ ਨਾ ਜੇ ਨਿਸ਼ਾਨਾ ਸਿੱਧਾ ਸ਼ਿਕਾਰ 'ਤੇ ਲਾਉਣਾ ਹੋਵੇ ਨਾ ਤਾਂ ਤੁਹਾਡੀ ਅੱਖ ਨੂੰ ਸਿਰਫ ਸ਼ਿਕਾਰ ਹੀ ਦਿਸਣਾ ਚਾਹੀਦਾ ਅਤੇ ਨਿਸ਼ਾਨ ਸਿੰਘ ਸਿੱਧੂ ਦੇ ਨਿਸ਼ਾਨੇ 'ਤੇ ਜਿਹੜਾ ਇੱਕ ਵਾਰ ਆ ਜਾਏ ਨਾ ਫਿਰ ਉਹ ਸੁੱਕਾ ਨਹੀਂ ਵੱਜਦਾ ਕਿਉਂਕਿ ਨਿਸ਼ਾਨ ਦੀ ਅੱਖ ਨੂੰ ਸਿਰਫ ਸ਼ਿਕਾਰ ਹੀ ਦਿਸਦਾ ਹੈ ਸ਼ੇਰ ਆ ਗਏ ਉਹ ਤੇਰੀ ਸ਼ੇਰ ਆ ਗਏ ਓਏ ਆ ਜਾਓ ਓਏ ਤੁਹਾਨੂੰ ਵੀ ਕਿਹਾ ਬਾਈ ਜੀ ਸਤਿ ਸ਼੍ਰੀ ਅਕਾਲ ਪੈਰੀ ਪੈਂਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਫਿਰ ਕੀ ਹਾਲ ਹੈ ਤੁਹਾਡਾ ਹਾਲ ਤਾਂ ਠੀਕ ਹੈ ਜੀ ਪਰ ਨਸ਼ਾ ਜਿਹਾ ਟੁੱਟਿਆ ਪਿਆ ਜੀ ਦਾਰੂ ਪਿਆ ਦਿੰਦੇ ਜੀ ਓਏ ਭੋਲਿਓ ਦਾਰੂ ਤਾਂ ਗਰੀਬਾਂ ਦਾ ਨਸ਼ਾ ਹੈ ਹੁਣ ਤੁਸੀਂ ਆਮ ਬੰਦੇ ਨਹੀਂ ਰਹੇ ਅੱਜ ਤੁਹਾਡੀ ਵੱਡੇ ਹਿਸਾਬ ਨਾਲ ਮੀਟਿੰਗ ਹੈ ਓਏ ਹੁਣ ਤੁਸੀਂ VIP ਹੋ ਗਏ VIP ਲੋਕ ਤੁਹਾਨੂੰ ਸਲਾਮਾਂ ਕਰਨਗੇ ਫਿਰ ਤਾਂ ਬੱਲੇ ਬੱਲੇ ਹੋ ਜਾਣੀ ਹੈ ਜੀ ਚਲੋ ਫਿਰ ਛੇਤੀ ਚੱਲੀਏ ਉਹ ਚੱਲਦੇ ਹਾਂ ਬਾਈ ਜੀ ਆਪਾਂ ਸੱਚੀ ਰਾਏ ਸਾਹਿਬ ਕੋਲ ਚੱਲੇ ਹਾਂ ਜੀ ਬਾਈ ਜੀ ਇਸ ਹਿਸਾਬ ਨਾਲ ਤਾਂ ਸਾਡੇ ਲਿੰਕ ਹੀ ਬਹੁਤ ਬਣ ਜਾਣੇ ਸਤਿ ਸ਼੍ਰੀ ਅਕਾਲ ਰਾਏ ਸਾਹਿਬ ਸਤਿ ਸ਼੍ਰੀ ਅਕਾਲ ਹਾਂ ਨਿਸ਼ਾਨ ਕਿਵੇਂ ਹੈ ਸਰ ਤੁਸੀਂ ਕਿਹਾ ਸੀ ਨਾ ਉਹ ਮੁੰਡੇ ਇਹ ਮੁੰਡੇ ਬੜੇ ਕਾਬਲ ਆ ਜੀ ਇਹਨਾਂ ਨੂੰ ਲਾਓ ਕੰਮ 'ਤੇ ਕੰਮ 'ਤੇ ਤਾਂ ਫਿਰ ਲਾਉਣੀ ਪੈਣੇ ਆ ਨਹੀਂ ਸਾਰੀ ਉਮਰ ਆਪਣੇ ਮਾਪਿਆਂ ਦੇ ਸਿਰ 'ਤੇ ਬੋਝ ਬਣ ਕੇ ਰਹਿਣਗੇ ਨਾਲੇ ਇਹਨਾਂ ਦੇ ਮਾਂ ਬਾਪ ਨੇ ਸਾਨੂੰ ਵੋਟਾਂ ਪਾਈਆਂ ਇਹਨਾਂ ਨੇ ਵੀ ਵੋਟਾਂ ਪਾਈਆਂ ਸਾਡਾ ਹੀ ਫਰਜ਼ ਬਣਦਾ ਵੀ ਇਹਨਾਂ ਲਈ ਕੁਛ ਕਰੀਏ ਲਓ ਮਿੱਤਰੋ ਲਓ ਫੜੋ ਬਈ ਆਹ ਸ਼ਰਾਬਾਂ ਸ਼ਰੂਬਾਂ ਨਾ ਪੀਆ ਕਰੋ ਮਾੜੀ ਲੱਤ ਆ ਸ਼ਰਾਬ ਦੀ ਹਾਂ ਇਹ ਪਾਣੀ 'ਚ ਘੋਲ ਕੇ ਪੀਣੀ ਹੈ ਜੀ ਇਹਨੂੰ ਇਹ ਸਟੂਪਿਡ ਦਮ ਰੱਖ ਮੁੰਡੇ ਨਵੇਂ ਹੈ ਸਿੱਖ ਜਾਣਗੇ ਹੌਲੀ ਹੌਲੀ ਦਸਵੀਂ ਫੇਲ ਸਿਖਾ ਦੂ ਇਹਨਾਂ ਕੰਮਾਂ ਦੇ ਵਿੱਚ ਤਾਂ ਫਸਟ ਆਉਂਦਾ ਹੈ ਉਹ ਆਓ ਵੀ ਇੰਨੀ ਮਹਿੰਗੀ ਚੀਜ਼ ਤੁਸੀਂ ਇਹਨਾਂ ਨੂੰ ਫ੍ਰੀ 'ਚ ਦੇਤੀ ਸਰ ਨਿਸ਼ਾਨ ਜਦੋਂ ਸ਼ਿਕਾਰ ਕਰਨਾ ਹੋਵੇ ਨਾ ਉਦੋਂ ਪੰਛੀ ਨੂੰ ਚੋਗਾ ਪਾਉਣਾ ਪੈਂਦਾ ਨਾਲੇ ਗੱਲਾਂ ਹੌਲੀ ਹੌਲੀ ਸਮਝ ਆਉਣਗੀਆਂ ਨਿਸ਼ਾਨ ਸਿੰਘ ਜੀ ਜੋ ਚੀਜ਼ ਦਿਖਦੀ ਹੈ ਉਹ ਨਹੀਂ ਵਿਕਦੀ
ਬਲਕਿ ਜੋ ਅਸੀਂ ਵੇਚਣੀ ਹੁੰਦੀ ਹੈ ਉਹ ਦਿਖਾਈ ਦੀ ਹੈ। ਪਹਿਲਾਂ ਆਪ ਨਸ਼ਾ ਕਰਨਗੇ, ਫਿਰ ਵਾਧੂ ਗਾਹਕ ਲੈ ਕੇ ਆਉਣਗੇ, ਵਾਧੂ। ਤੁਸੀਂ ਸਿਰਫ ਬਿਜ਼ਨਸ ਕਰੋ, ਟੈਨਸ਼ਨ ਨਹੀਂ ਲੈਣੀ। ਇੱਥੇ ਕਿਵੇਂ ਆ ਗਏ ਹੋਏ? ਪਤਾ ਨਹੀਂ, ਰਾਤ ਤਾਂ ਬਦਲਾਂ ਸੀ, ਇੱਥੇ ਕਿਵੇਂ ਉਤਰੇ ਆਏ? ਹੋਰ ਹੈਗਾ ਲਾਉਣਾ ਤਾਂ ਆਉਂਦਾ ਨਹੀਂ ਵੀ, ਝੂਠ ਮਰੀ ਜਾਂਦਾ, ਬਾਈ ਨੇ ਸਿਖਾਇਆ ਤਾਂ ਸੀਗਾ ਰਾਤ ਯਾਰ। ਖਿੱਚ 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 ਕੀ ਖਿੱਚ ਖਿੱਚ ਹੋਏ? ਮੈਂ ਮੇਲੇ 'ਤੇ ਦੰਦਾਂ ਨਾਲ ਟਰੈਕਟਰ ਖਾਈਦਾ ਰਿਹਾ, ਸਾਲਾ ਖਿੱਚ ਖਿੱਚਦਾ। ਤੂੰ ਸਾਰੇ ਨਵੇਂ ਐਕਸਪੈਰੀਮੈਂਟ ਮੇਰੇ 'ਤੇ ਹੀ ਕਰਿਆ ਕਰ, ਕੋਈ ਹੋਰ ਨਵੀਂ ਮੁਰਗੀ ਲੱਭ ਲਾ। ਨਵੀਂ ਮੁਰਗੀ? ਉਸਤਾਦ, ਮੇਰੀ ਬੇਬੇ ਕਹਿੰਦੀ ਹੁੰਦੀ ਹੈ ਵੀ ਨੀਤਾਂ ਨੂੰ ਮੁਰਾਦਾਂ ਹੁੰਦੀਆਂ। ਕੀ ਹੋ ਗਿਆ? ਨਵੀਂ ਮੁਰਗੀ ਦਾ ਫੋਨ ਆ ਗਿਆ। ਹੈਲੋ ਬਾਈ, ਮੈਂ ਨੀਰਜ ਬੋਲਦਾ। ਕੀ ਹਾਲ ਆ? ਵਧੀਆ ਬਾਈ। ਹਾਂ, ਮੈਂ ਤੈਨੂੰ ਹੀ ਫੋਨ ਕਰਨ ਲੱਗਿਆ ਸੀ। ਉਹ ਬਾਈ ਯਾਰ, ਕੱਲ੍ਹ ਤੁਸੀਂ ਮੈਨੂੰ ਬੀਅਰ ਤਾਂ ਪਿਆਤੀ ਸੀ ਪਰ ਨੋਟਸ ਹਲੇ ਤੱਕ ਨਹੀਂ ਦਿੱਤੇ ਯਾਰ ਤੁਸੀਂ। ਤੂੰ ਛੱਡ ਪਰੇ, ਜਿਹੜੀ ਆਪਣੀ ਪੁਰਾਣੀ ਹਵੇਲੀ ਨੀ ਉਹਦੇ ਖੰਡਰ 'ਚ ਆ ਜਾ। ਉਹ ਬਾਈ ਇੰਨੀ ਸੁੰਨੀ ਜਗ੍ਹਾ 'ਤੇ? ਉਹ ਮਹਾਨ ਲੋਕ ਸੁੰਨੀ ਜਗ੍ਹਾ 'ਤੇ ਪੜ੍ਹਦੇ ਹੁੰਦੇ ਆ। ਉਹ ਆਪਣਾ ਜਿਹੜਾ ਅਬਰਾਹਿਮ ਲਿੰਕਨ ਨਹੀਂ ਸੀ, ਉਹ ਵੀ ਤਾਂ ਸੜਕਾਂ 'ਤੇ ਪੜ੍ਹਦਾ ਹੁੰਦਾ ਸੀ ਸੁੰਨੀਆਂ 'ਤੇ ਲਾਈਟਾਂ ਥੱਲੇ। ਹਾਂ, ਤੂੰ ਛੇਤੀ ਦਿਨੇ ਆ ਜਾ। ਚੱਲ ਠੀਕ ਹੈ ਬਾਈ, ਫਿਰ ਮੈਂ ਆ ਗਿਆ। ਕਿਹੜੇ ਨੋਟਸ? ਝੂਠ ਮਾਰੀ ਜਾਂਦਾ। ਉਹ ਉਸਤਾਦ, ਬੇਬੇ ਕਹਿੰਦੀ ਹੁੰਦੀ ਹੈ ਵੀ ਜਿਹੜਾ ਝੂਠ ਕਿਸੇ ਦਾ ਭਲਾ ਕਰੇ ਨਾ ਉਹ ਝੂਠ ਨਹੀਂ ਹੁੰਦਾ। ਉਸਤਾਦ ਜੀ, ਨੀਰਜ ਆ ਗਿਆ। ਨੀਰਜ ਉਸਤਾਦ ਜੀ ਨੀਰਜ ਆਇਆ ਜੀ। ਕਿਵੇਂ ਨੀਰਜ? ਵਧੀਆ ਉਸਤਾਦ ਜੀ। ਉਸਤਾਦ ਜੀ ਆਪਣੇ ਵਾਸਤੇ ਦਵਾਈ ਲੈ ਕੇ ਆਏ ਆ, ਪੇਪਰ ਸਿਰ 'ਤੇ ਆ ਗਿਆ ਨਾ। ਦਵਾਈ? ਛੇਤੀ ਕਰੋ ਯਾਰ, ਮੇਰੀ ਪੜ੍ਹਾਈ ਖਰਾਬ ਹੁੰਦੀ ਆ। ਬਾਈ ਯਾਰ, ਉੱਦਾਂ ਨਾ ਦਾਰੂ ਪੀ ਕੇ ਮੈਂ ਬਹੁਤ ਖਰਾਬ ਹੋਇਆ। ਉਹ ਯਾਰੀ ਦੀ ਸੌਂਹ ਲੱਗੇ ਬਾਈ, ਦਾਰੂ ਤਾਂ ਛੱਡ ਹੀ ਦਿੱਤੀ, ਇਹ ਤਾਂ ਬਾਹਰੋਂ ਆਈ ਹੈ। ਨਾਲੇ ਤੈਨੂੰ ਪਤਾ ਅੰਗਰੇਜ਼ ਆਪਣੇ ਤੋਂ ਕਿਉਂ ਅੱਗੇ ਆ? ਕਿਉਂ? ਨਾਲੇ ਅਸੀਂ ਵੀ ਤਾਂ ਤੇਰੇ ਨਾਲ ਹੀ ਖਾਣ ਲੱਗੇ ਹਾਂ, ਯਕੀਨ ਵੀ ਤਾਂ ਕੋਈ ਚੀਜ਼ ਹੁੰਦੀ ਆ। ਨਾਲੇ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡਾ ਯਾਰ ਆਵੇ ਫਸਟ, ਯੂਨੀਵਰਸਿਟੀ 'ਚ ਸਾਡਾ ਨਾਂ ਰੋਸ਼ਨ ਹੋਊ। ਬਾਈ ਕੁਛ ਹੋ ਗਿਆ ਫਿਰ? ਉਹ ਯਾਰ
दारू भी छड़ी है ना, ये भी छड़ दी। यार जल्दी करो, मेरी पढ़ाई निकली जाती है। पढ़ाई खराब हो जाती है और असी तेरा फायदा सोचते हैं भाई, जे तेन नुकसान लगता रह जाते। ओके भाई, फिर मैं चलदा। ओ हैलो उस्ताद अनराज, करता तू सारा काल जे तो नोट्स लैके जाता, मैं भी ये यकीन करता ही है यार। पर यार कितों आन सुने बर्बादियां दे, केड़ा डाकिया नरक दे दर्दा ਟੌਂਦਾ ਆਖਿਰ ਪੇਤੀ ਕਰਦਾ ਚੌਣ ਲੱਗੇ। ਘੰਟੀ ਜੀ ਵੱਜੀ ਜਾਂਦੀ ਹੈ, ਫੋਨ ਹੀ ਨਹੀਂ ਚੱਕਦਾ। ਮੈਨੂੰ ਲੱਗਦਾ ਭੈਣ ਜੀ ਉਹ ਪੜ੍ਹੀ ਜਾਂਦਾ ਹੋਣਾ। ਕੁੜੇ ਛਿੰਦੋ, ਤੇਰਾ ਮੁੰਡਾ ਤਾਂ ਜਮਾਂ ਹੀ ਮੋਹ ਤੋੜ ਹੁੰਦਾ ਜਾਂਦਾ। ਮੈਨੂੰ ਤਾਂ ਐਂ ਲੱਗਦਾ ਵੀ ਭੂਆ ਦਾ ਤਾਂ ਚੇਤਾ ਹੀ ਭੁਲਾਤਾ ਉਹਨੇ। ਨਾ ਨਾ ਭੈਣ ਜੀ, ਇਹੋ ਜਿਹਾ ਨਹੀਂ ਹੈ ਮੇਰਾ ਮਿੰਟੂ, ਉਹਨੂੰ ਟਾਈਮ ਹੀ ਨਹੀਂ ਲੱਗਦਾ ਹੋਣਾ। ਘਰੇ ਵੀ ਤਾਂ ਲੰਗੇ ਡਾਂਗਾ ਆਉਂਦਾ ਉਹ। ਤੂੰ ਐਂ ਕਰ, ਤੂੰ ਉਹਨੂੰ ਐਂ ਕਹਿ ਦੇ ਵੀ ਭੂਆ ਨੂੰ ਆ ਕੇ ਮਿਲ ਜੇ, ਨਾਲੇ ਜਿੰਦ ਦਾ ਕੀ ਭਰੋਸਾ, ਉੱਤੋਂ ਆ ਸਾਹ ਦੀ ਬਿਮਾਰੀ ਹੈ। ਨਾ ਨਾ ਭੈਣ ਜੀ, ਐਂ ਕਾਹਨੂੰ ਫਿਕਰ ਕਰਦੀ ਹੈ, ਹੈਂ ਜਿੱਦਾਂ ਤੇਰਾ ਭਤੀਜਾ ਆ ਡਾਕਟਰ ਬਣ ਗਿਆ ਨਾ ਵੱਡਾ, ਸਭ ਤੋਂ ਪਹਿਲਾਂ ਆਪਣੀ ਭੂਆ ਦੀ ਬਿਮਾਰੀ ਦਾ ਇਲਾਜ ਕਰੂਗਾ। ਭੈਣ ਜੀ, ਮੈਂ ਤਾਂ ਨਾ ਐਤਕੀ ਦੁੱਧ ਨਹੀਂ ਪਾਉਣਾ ਕਿਸੇ ਦੇ। ਮੈਂ ਸੋਚਦੀ ਹਾਂ ਵੀ ਘਰ ਦੇ ਦੁੱਧ ਦਾ ਖੋਆ ਕੱਢ ਕੇ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਭੇਜਾਂ ਆਪਣੇ ਮਿੰਟੂ ਨੂੰ, ਸਾਰਾ ਦਿਨ ਮੱਥਾ ਖਪਾਈ ਕਰਦਾ ਕਿਤਾਬਾਂ 'ਚ। ਸੱਚੀ ਗੱਲ ਹੈ, ਰੱਬ ਉਹਦੀ ਮਿਹਨਤ ਪੱਲੇ ਪਾ ਦੇ। ਸੱਚੀ ਭੈਣ ਜੀ, ਬਸ ਹੁਣ ਤਾਂ ਵਾਹਿਗੁਰੂ ਤੇ ਡੋਰਾ ਨੇ। ਰੁੱਤਾਂ ਕਾਲੀਆਂ ਚੁਫੇਰਾ ਕੰਬਦਾ ਏ, ਡੁੱਬਾ ਸੂਰਜ ਕਿਉਂ ਚੜੀਆਂ ਜਵਾਨੀਆਂ ਰੰਗ ਉੱਡ ਗਏ ਚਾਵਾਂ ਤੇ ਖੇੜਿਆਂ ਦੇ, ਹਾਂ
ਲੱਭਾ ਪਤਾ ਨਾ ਦਿਲ ਦੇ ਜਾਨੀਆਂ ਦਾ। ਸਮਾਨ ਦਾ ਕੋਈ ਜੁਗਾੜ ਕਰੋ, ਮੇਰਾ ਬੁਰਾ ਹਾਲ ਹੋਈ ਜਾਂਦਾ। ਹੁਣ ਤਾਂ ਬਾਈ ਜੀ ਨੇ ਵੀ ਜਵਾਬ ਦਿੱਤਾ, ਕਹਿੰਦਾ ਪਹਿਲਾਂ ਪੈਸੇ ਲੈ ਕੇ ਆਓ। ਮੇਰੀ ਬੇਬੇ ਕਹਿੰਦੀ ਹੁੰਦੀ ਹੈ ਲੋੜ ਕਾਢ ਦੀ ਮਾਂ ਹੁੰਦੀ ਹੈ। ਬੇਈਮਾਨੀਆਂ ਕਿਹਦੇ ਨਾਲ ਕੀਤੀਆਂ ਵੇ, ਕਰੀ ਆਪਣੇ ਕਰ ਲਈਆਂ ਚੋਰੀਆਂ ਵੇ, ਡੁੱਬ ਚੱਲਿਓ ਅੱਧ ਵਿੱਚ ਕਾਰਿਆ ਕੇ। ਹੁਣ ਮਾੜੀਆਂ ਬੇੜੀ ਵਿੱਚ ਮੋਰੀਆਂ ਵੇ। ਹੋਸਟਲ ਲਿਆ ਬਾਈ, ਮੈਨੂੰ ਮੈਨੂੰ ਹੋਸਟਲ ਲਿਆ ਬਾਈ, ਮੈਨੂੰ ਹੋਸਟਲ ਲਿਆ ਯਾਰ, ਹੋਸਟਲ ਲਿਆ ਕੁਛ ਹੋਈ ਜਾਂਦਾ ਯਾਰ, ਮੈਨੂੰ ਹੋਸਟਲ ਲਿਆ ਬਾਈ, ਲਿਆ ਯਾਰ ਬਾਈ ਹੋਸਟਲ ਬਾਈ। ਆਪਾਂ ਬੇਬੇ ਕੋਲ ਚੱਲਾਂਗੇ, ਤੈਨੂੰ ਪਤਾ ਨਾ ਬੇਬੇ ਕਿੰਨਾ ਕੁਝ ਕਹੂਗੀ, ਪਤਾ ਨੀ ਤੈਨੂੰ ਕੁਛ ਨੀ ਕਹਿੰਦੀ ਬਾਈ ਬੇਬੇ,
ਕੁਛ ਨਹੀਂ ਕਹਿੰਦੀ ਬਈ, ਮੈਂ ਧੋਖਾ ਕੀਤਾ ਵਿਚਾਰੀ ਨਾਲ। ਐਡਮਿਸ਼ਨ ਹੋ ਗਈ ਬੇਬੇ। ਸੱਚੀ? ਹਾਂ ਬੇਬੇ। ਜੇ ਤੇਰਾ ਬਾਪੂ ਹੁੰਦਾ ਨਾ ਤਾਂ ਬਹੁਤ ਖੁਸ਼ ਹੋ। ਬੇਬੇ ਤੂੰ ਕਿਉਂ ਚਿੰਤਾ ਕਰਦੀ ਆ, ਤੇਰਾ ਪੁੱਤ ਹੈਗਾ ਨਾ। ਮੇਰੀ ਲਾਡੋ ਮਿੱਠੀ ਮਿੱਠੀ ਲੋਰੀ ਸੁਣੇਗੀ। ਆਜਾ ਜਾ ਨੀਂਦਿਆ, ਆਜਾ ਲਾਡੋ ਨੂੰ ਸਵਾ, ਆਜਾ ਜਾ ਨੀਂਦਿਆ, ਆਜਾ ਲਾਡੋ ਨੂੰ ਸਵਾ, ਆਜਾ ਨੀਂਦੇ ਕਪੇ। ਕਪੇ 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 ਹੈਲੋ ਲਾਡੋ, ਮਾਂ ਬੋਲਦੀ ਹੈ। ਪੁੱਤ ਤੂੰ ਘਰ ਗੇੜਾ ਮਾਰ ਲੈ, ਮੈਂ ਨਾ ਤੇਰੇ ਵਾਸਤੇ ਵਧੀਆ ਜਿਹੀਆਂ ਪਿੰਨੀਆਂ ਬਣਾਈਆਂ, ਖੋਏ ਵਾਲੀਆਂ, ਆਪ ਕੱਢਿਆ ਸੀ ਖੋਆ, ਛੇਤੀ ਛੇਤੀ ਆ ਜਾ ਪੁੱਤ। ਹਾਂ ਸੱਚ, ਭੂਆ ਆਈ ਸੀ ਤੇਰੀ, ਉਹ ਵੀ ਤੈਨੂੰ ਬਹੁਤ ਯਾਦ ਕਰਦੀ ਸੀ। ਤੂੰ ਆਉਂਦਾ ਹੁੰਦਾ ਨਾ ਪੁੱਤ, ਭੂਆ ਵੱਲ ਹੋ ਕੇ ਆਈ, ਛੇਤੀ ਆਈ ਮੇਰਾ ਪੁੱਤ। ਹੈਲੋ, ਤੂੰ ਬੋਲਦਾ ਕਿਉਂ ਨਹੀਂ ਮਿੰਟੂ? ਮਿੰਟੂ ਪੁੱਤ, ਹੈਲੋ ਹੈਲੋ ਹੈਲੋ, ਵਾਜੀ ਨਹੀਂ ਆ ਰਹੀ। ਹੈਲੋ, ਲੱਗਦਾ ਫੋਨ ਹੀ ਕੱਟਿਆ ਗਿਆ। ਚੱਲ ਵਿਹਲਾ ਹੋ ਕੇ ਆਪ ਹੀ ਕਰ ਲੂਗਾ। ਗੱਲ ਕਰ, ਕੱਪੇ ਉੱਠ ਸੜਿਆ। Thank you.
ਆਂਦਰਾਂ ਦੇ ਸੇਕ ਨਾਲ ਤੈਨੂੰ ਨਿੰਗ ਦੇਵਾ ਮੋਹ ਨਾਲ ਚੋਲੀਆਂ ਪਰਾ ਕੋਸੀ ਕੋਸੀ ਪਾਰੀਆਂ ਨਾਲ ਮੱਥੇ ਤੇ ਟਕੋਰ ਜਿੰਦੋ ਨਿੱਕੂ ਤੈਨੂੰ ਲਾਡ ਕਰਾ ਹਨੇਰਿਆਂ ਦੇ ਦੇਸ ਵਿੱਚ ਲਾਟਾਂ ਉੜੇਂਗੀ ਮੇਰੀ ਲਾਡੋ ਮਿੱਠੀ ਮਿੱਠੀ ਲੋਰੀ ਸੁਣੇਗੀ ਆ ਜਾ ਆ ਜਾ ਨੀਂਦਿਆ ਆ ਜਾ ਲਾਡੋ ਨੂੰ ਸਵਾ ਆ ਜਾ ਆ ਜਾ ਨੀਂਦਿਆ ਆ ਜਾ ਲਾਡੋ ਨੂੰ ਸਵਾ ਮੈਟਰੋ ਰੇਲ ਅਤੇ ਇੰਸਪੈਕਟਰ ਬਘੇਲ ਬੜੀ ਤੇਜ਼ ਨੇ। ਝੂਠ ਨੂੰ ਮੈਂ ਨਫ਼ਰਤ ਕਰਦਾ ਅਤੇ ਸੱਚ ਨੂੰ ਮੈਂ ਪਿਆਰ ਕਰਦਾ। ਮੈਨੂੰ ਸੱਚ ਸੱਚ ਦੱਸ ਦੇ, ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸੱਚ ਦੱਸ ਦੇ ਕਿ ਤੂੰ ਨਸ਼ੇ ਦਾ ਵਪਾਰ ਕਰਦਾ, ਆਪਣੇ ਦੋਸਤ ਕਾਪੇ ਦਾ ਮਰਡਰ ਵੀ ਤੈਂ ਕੀਤਾ। ਸਰ ਮੈਂ ਬੇਕਸੂਰ ਹਾਂ ਜੀ, ਕਾਪਾ ਤਾਂ ਮੇਰਾ ਯਾਰ ਸੀ, ਮੈਂ ਉਹਨੂੰ ਕਿਉਂ ਮਾਰੂੰਗਾ ਤੇਰੇ ਹੀ ਗੱਲ ਨਸ਼ੇ ਦੀ। ਇਹ ਨਿਸ਼ਾਨ ਸਿੰਘ ਤੇ ਮੰਤਰੀ ਦੀ ਮਿਲੀ ਭੁਗਤ ਹੈ ਜੀ, ਇਹ ਦੋਵੇਂ ਜਣੇ ਨਸ਼ਾ ਵੇਚਦੇ ਨੇ। ਸਾਨੂੰ ਇਹਨਾਂ ਨੇ ਵੱਡੇ ਵੱਡੇ ਲਾਲਚ ਦੇ ਕੇ ਫਸਾਇਆ। ਹੋਰ ਵੀ ਬਹੁਤ ਬੰਦੇ ਨੇ ਜਿਹੜੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਜਾਣਦੇ ਨੇ। ਤੁਸੀਂ ਮੈਨੂੰ ਛੱਡ ਦਿਓ ਜੀ, ਮੈਂ ਇਹਨਾਂ ਖਿਲਾਫ਼ ਸਬੂਤ ਲੈ ਕੇ ਆਊਂਗਾ ਜਿਹਨਾਂ ਲੋਕਾਂ ਕਰਕੇ ਮੇਰਾ ਯਾਰ ਮਰ ਗਿਆ, ਜਿਹਨਾਂ ਕਰਕੇ ਮੇਰੇ ਯਾਰ ਦੀ ਜ਼ਿੰਦਗੀ ਚਲੀ ਗਈ। ਮੈਂ ਉਹਨਾਂ ਨੂੰ ਸਜ਼ਾ ਦਵਾ ਕੇ ਰਹੂੰਗਾ। ਤੁਸੀਂ ਮੇਰਾ ਬਿਆਨ ਲਿਖ ਲਓ ਜੀ, ਭਾਵੇਂ ਮੀਡੀਆ ਬੁਲਾ ਲਓ, ਮੈਂ ਮੁੱਕਰਦਾ ਨਹੀਂ। ਬਾਹਰ ਕੋਈ ਆਇਆ ਸਰ? ਕੌਣ ਹੈ? ਸਟੂਡੈਂਟਸ ਨੇ, ਤਿਹਾੜ ਜੇਲ੍ਹ ਅਤੇ ਇੰਸਪੈਕਟਰ ਬਘੇਲ ਮੁਜਰਮਾਂ ਨੂੰ ਸਧਾਰਨ ਵਾਸਤੇ ਬਣੇ ਨੇ। ਭਾਈ ਵਾਹ ਵਾਹ, ਅੱਜ ਨੌਜਵਾਨ ਪੀੜ੍ਹੀ ਸਾਡੇ ਦਰ ਤੇ ਕਿਵੇਂ? ਸਰ ਅਸੀਂ ਉਸ ਮੁੰਡੇ ਬਾਰੇ ਗੱਲ ਕਰਨ ਆਏ ਹਾਂ ਜਿਹਨੂੰ ਤੁਸੀਂ ਹੁਣੇ ਗ੍ਰਿਫਤਾਰ ਕੀਤਾ। ਬੇਟੇ ਮੈਂ ਉਸੇ ਨਾਲ ਹੀ ਗੱਲ ਕਰ ਰਿਹਾ ਸੀ, ਵੀ ਤੂੰ ਘਬਰਾ ਨਾ, ਮੈਨੂੰ ਸੱਚ ਸੱਚ ਦੱਸ ਦੇ, ਤੈਨੂੰ ਡਰਨ ਦੀ ਲੋੜ ਨਹੀਂ। ਅਸੀਂ ਉਹਨੂੰ ਮਿਲ ਸਕਦੇ ਹਾਂ ਸਰ? ਉਹ ਨਹੀਂ ਬੱਲਿਆ, ਤੁਸੀਂ ਕੱਲ੍ਹ ਆਇਓ। ਸਰ ਇਹਨਾਂ ਮੁੰਡਿਆਂ ਨੂੰ ਗਲਤ ਕੰਮਾਂ 'ਚ ਪਾਉਣ ਲਈ ਮੰਤਰੀ ਰਾਜ ਰਾਏ ਅਤੇ ਉਹਦਾ ਚਮਚਾ ਨਿਸ਼ਾਨ ਸਿੰਘ ਜ਼ਿ੮ੰਮੇਵਾਰ ਨੇ। ਉਹ ਅੱਜ ਵੀ ਨਸ਼ੇ ਦਾ ਵਪਾਰ ਉਸੇ ਤਰੀਕੇ ਨਾਲ ਕਰ ਰਹੇ ਨੇ। ਸ਼ਿਕਾਰੀ ਦੀ ਗਲੇਲ ਅਤੇ ਇੰਸਪੈਕਟਰ ਬਘੇਲ ਸ਼ਿਕਾਰ ਨੂੰ ਸੁੱਕਾ ਨਹੀਂ ਜਾਣ ਦਿੰਦੇ। ਤੁਸੀਂ ਘਬਰਾਓ ਨਾ,
ਮੈਂ ਬਣਦੀ ਕਾਰਵਾਈ ਕਰਦਾ। ਸਮਾਜ ਨੂੰ ਤੁਹਾਡੇ ਵਰਗੇ ਬੰਦਿਆਂ ਦੀ ਬਹੁਤ ਲੋੜ ਹੈ ਸਰ। ਸੰਡੇ ਸੇਲ ਅਤੇ ਇੰਸਪੈਕਟਰ ਬਘੇਲ ਆਮ ਲੋਕਾਂ ਵਾਸਤੇ ਬਣਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਰਾਜ ਰਾਏ ਧਰਮਿਆ ਗੱਡੀ ਕੱਢ, ਆਪਣਾ ਬਣਦਾ ਫਰਜ਼ ਪੂਰਾ ਕਰੀਏ। ਸਤਰੰਜ ਦੀ ਖੇਲ ਤੇ ਇੰਸਪੈਕਟਰ ਬਘੇਲ ਕਦੇ ਵੀ ਬਦਲ ਸਕਦੇ ਆ। ਕੀ ਹਾਲ ਹੈ ਰਾਏ ਸਾਹਿਬ? ਜਿਹੜਾ ਮੁੰਡਾ ਆਪਾਂ ਅੰਦਰ ਕੀਤਾ ਉਹ ਤੁਹਾਡੇ ਖਿਲਾਫ਼ ਬਿਆਨ ਦੇਣ ਨੂੰ ਫਿਰਦਾ ਹੈ ਅਤੇ ਮੈਨੂੰ ਉਹਨੇ ਸੱਚ ਸੱਚ ਦੱਸਤਾ ਸਭ। ਉਹਨੂੰ ਤੇਰੇ 'ਤੇ ਸ਼ੱਕ ਤਾਂ ਨਹੀਂ ਹੋਇਆ? ਅਮਰ ਬੇਲ ਅਤੇ ਇੰਸਪੈਕਟਰ ਬਘੇਲ ਦੋਵਾਂ ਦੀ ਜੜ ਦਾ ਕੋਈ ਪਤਾ ਨਹੀਂ ਲੱਗਦਾ। ਫਿਰ ਕਰਾਓ ਉਹਨੂੰ ਜੇਲ੍ਹ ਦੀ ਸੈਰ। ਅਤੇ ਜਿਹੜਾ ਰੈੱਡ ਆਰਟਸ ਵਾਲਾ ਗਰੁੱਪ ਹੈ ਉਹ ਵੀ ਇਹਦੇ ਨਾਲ ਹੈ। ਉਹਨਾਂ ਦਾ ਕੀ ਹੱਲ ਕਰੀਏ ਫਿਰ? ਪੁੱਤਰੀ ਚੜੇਲ ਅਤੇ ਇੰਸਪੈਕਟਰ ਬਘੇਲ ਜਦੋਂ ਕਿਸੇ ਨੂੰ ਚਿੰਬੜ ਜਾਣਨਾ ਫਿਰ ਛੇਤੀ ਲੈਂਦੇ ਨਹੀਂ। ਲਿਆਓ ਮੁੰਡੇ ਚਾਹ ਜੂ ਪਿਆਓ। ਚਾਹ ਜੂ ਪੀ ਲੈ। ਰੈੱਡ ਆਰਟਸ। ਪਿਆਰੇ ਦਰਸ਼ਕੋ, ਪੇਸ਼ ਕਰਦੇ ਹਾਂ ਗੁਰਸ਼ਰਨ ਭਾਜੀ ਦਾ ਲਿਖਿਆ ਨਾਟਕ ਕਚਹਿਰੀ। ਤੇ ਅੱਜ ਤੁਸੀਂ ਜਿਹੜਾ ਨਾਟਕ ਦੇਖਣਾ ਹੈ ਉਸ ਦੀ ਸਥਿਤੀ ਇਹ ਹੈ ਕਿ ਨੌਜਵਾਨਾਂ ਦਾ ਜਲੂਸ ਆਇਆ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਕਚਹਿਰੀ ਵਿੱਚ ਇਨਸਾਫ ਦੀ ਕੁਰਸੀ ਉੱਤੇ ਇੱਕ ਦਿਨ ਵਾਸਤੇ ਉਹਨਾਂ ਦੇ ਨੁਮਾਇੰਦੇ ਨੂੰ ਬਿਠਾਇਆ ਜਾਏ। ਉਹਨਾਂ ਵਿੱਚ ਜੋਸ਼ ਬਹੁਤ ਹੈ। ਵਕੀਲ, ਸਿਪਾਹੀ ਤੇ ਕਰਮਚਾਰੀ ਸਭ ਕਾਨੂੰਨ ਦੇ ਹੀ ਨੁਮਾਇੰਦੇ ਨੇ। ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਇੱਕ ਮਿੰਟ ਦੋਸਤੋ, ਰਿਹਰਸਲ ਬੰਦ ਕਰੋ। ਬਾਈ ਤੁਸੀਂ ਮੈਨੂੰ ਗਲਤ ਨਾ ਸਮਝਿਓ, ਚੰਗਾ ਮਾੜਾ ਬੰਦਾ ਹਰ ਜਗ੍ਹਾ ਹੁੰਦਾ। ਪਰ ਤੂੰ ਸਾਡੇ ਕੋਲ ਕਿਵੇਂ? ਮੈਂ ਇੱਥੇ ਆਪਣੇ ਲਈ ਨਹੀਂ ਆਇਆ, ਮੈਂ ਇੱਥੇ ਇਹ ਕਹਿਣ ਆਇਆ ਕਿ ਜਿਹੜੇ ਬੰਦੇ ਨੂੰ ਹੁਣੇ ਤੁਸੀਂ ਥਾਣੇ ਮਿਲ ਕੇ ਆਏ ਹੋ ਨਾ, ਉਹਦੀ ਜਾਨ ਖਤਰੇ 'ਚ ਹੈ। ਇੰਸਪੈਕਟਰ ਬਘੇਲ ਸਿੰਘ ਮੰਤਰੀ ਰਾਜ ਰਾਏ ਦਾ ਬੰਦਾ, ਉਹਨਾਂ ਦੋਵਾਂ ਨੇ ਇਹਨੂੰ ਜੇਲ੍ਹ ਭੇਜ ਦੇਣਾ ਅਤੇ ਇਹ ਤੋਂ ਪਹਿਲਾਂ ਉਹਦੀ ਸਾਰੀ ਜ਼ਿੰਦਗੀ ਜੇਲ੍ਹ 'ਚ ਸੜ ਸੜ ਕੇ ਖਰਾਬ ਹੋਵੇ। ਮੈਨੂੰ ਲੱਗਦਾ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਤੂੰ ਉਸਦੀ ਮਦਦ ਕਿਉਂ ਕਰਨੀ ਚਾਹੁੰਦਾ? ਮੈਨੂੰ ਉਸ 'ਚ ਆਪਣਾ ਭਰਾ ਦਿਖਦਾ। ਇਹਨਾਂ ਨੇ ਇਸੇ ਤਰ੍ਹਾਂ ਮੇਰੇ ਭਰਾ ਨੂੰ ਫਸਾ ਲਿਆ ਸੀ। ਇਹਨਾਂ ਨੂੰ ਹੋਰ ਕਿਸੇ ਚੀਜ਼ ਨਾਲ ਮਤਲਬ ਨਹੀਂ, ਸਿਰਫ ਇਹਨਾਂ ਦਾ ਨਸ਼ਾ ਵਿਕਣਾ ਚਾਹੀਦਾ। ਥੈਂਕ ਯੂ ਸੋ ਮੱਚ। ਅਸੀਂ ਉਸ ਮੁੰਡੇ ਨੂੰ ਜੇਲ੍ਹ 'ਚੋਂ ਜ਼ਰੂਰ ਬਾਹਰ ਕਢਾ ਕੇ ਹਟਾਂਗੇ। ਤੂੰ ਬਸ ਉਸਦਾ ਖਿਆਲ ਰੱਖੀਂ। ਬਾਈ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ। ਤੁਸੀਂ ਸ਼ਾਇਦ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ। ਆਪਾਂ ਇੱਕੋ ਕਾਲਜ 'ਚ ਪੜ੍ਹਦੇ ਸੀ। ਮੈਂ ਤੁਹਾਡੇ ਡਰਾਮੇ ਦੇਖਦਾ ਹੁੰਦਾ ਸੀ ਅਤੇ ਤੁਹਾਡੇ ਡਰਾਮੇ ਦੇਖ ਦੇ ਕੇ ਮੇਰੇ 'ਚ ਸ਼ਾਇਦ ਇਹ ਦਲੇਰੀ ਆਈ ਹੈ ਕਿ ਮੈਂ ਸੱਚ ਬੋਲ ਸਕਾਂ। ਚੱਲਦਾ ਬਾਈ। ਥੈਂਕ ਯੂ ਯਾਰ। ਓਕੇ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਗੁਰਮੇਲ, ਕਿਵੇਂ ਆਉਣੇ ਹੋਏ? ਸਰਦਾਰ ਜੀ, ਤੁਸੀਂ ਸਾਡੀ ਫਸਲ ਦਾ ਹਿਸਾਬ ਦੇਖਿਆ ਹੋਣਾ? ਓਏ, ਹਿਸਾਬ ਤਾਂ ਤੇਰਾ ਦੇਖਿਆ, ਜਿੰਨੇ ਪੈਸੇ ਤੇਰੇ ਵੱਲ ਜਾ ਵੜੇ ਨਾ
ਆ ਫਸਲ ਤਾਂ ਕੀ ਅਗਲੀ ਚ ਵੀ ਪੂਰੇ ਨਹੀਂ ਹੋਣੇ। ਸਰਦਾਰ ਜੀ, ਮੈਨੂੰ ਤਾਂ ਥੋੜੇ ਜਿਹੇ ਪੈਸਿਆਂ ਦੀ ਲੋੜ ਸੀ, ਮੁੰਡਾ ਅੰਦਰ ਹੋ ਗਿਆ। ਗੁਰਮੇਲ, ਤੇਰੇ ਵਾਲਾ ਭਤੀਜ ਕਹਿੰਦਾ ਵਿਦੇਸ਼ ਜਾਣਾ, ਜਹਾਜ਼ 'ਚ ਝੂਟੇ ਲੈਣੇ ਆ। ਜੇ ਮੈਨੂੰ ਆਹ ਖਰਚਣਾ ਨਾ ਪੈਂਦਾ ਫਿਰ ਮੈਂ ਤੇਰੀ ਜ਼ਰੂਰ ਮਦਦ ਕਰਦਾ। ਸਰਦਾਰ ਜੀ, ਇੰਨੇ ਸਾਲਾਂ ਤੋਂ ਤੁਹਾਡੇ ਨਾਲ ਪੈਸਿਆਂ ਦਾ ਹਿਸਾਬ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਕਿਸੇ ਹੋਰ ਤੋਂ ਮੰਗਾਂ? ਮੇਰੀ ਹਾਲਤ ਸਮਝੋ, ਮੇਰੀ ਤਾਂ ਜਾਨ ਕੜਿੱਕੀ 'ਚ ਆਈ ਪਈ ਹੈ ਸਰਦਾਰ ਜੀ। ਦੇਖ ਗੁਰਮੇਲ, ਪੈਸੇ ਤਾਂ ਨਹੀਂ ਮੈਂ ਤੈਨੂੰ ਦੇ ਸਕਦਾ, ਸਲਾਹ ਦੇ ਸਕਦਾ। ਆਪਣੇ ਜਵਾਕਾਂ 'ਤੇ ਥੋੜ੍ਹਾ ਜਿਹਾ ਕਾਬੂ ਰੱਖਿਆ ਕਰੋ, ਉਹ ਸਵਾਲ ਬਾਅਦ 'ਚ ਕਰਦੇ ਨੇ, ਚੀਜ਼ ਤੁਸੀਂ ਪਹਿਲਾਂ ਲਿਆ ਕੇ ਦੇ ਦਿੰਦੇ ਹੋ। ਜਦੋਂ ਜਵਾਕ ਵਿਗੜਦੇ ਆ ਫਿਰ ਲੋਕਾਂ ਦੀ ਮਿੰਨਤਾਂ ਕਰਦੇ ਫਿਰਦੇ ਹੋ। ਉਹ ਪੁਰਾਣੇ ਲੋਕ ਵੀ ਤਾਂ ਸੰਜਮ 'ਚ ਰਹਿੰਦੇ ਸੀ। ਉਹ ਮੇਰੀ ਤਾਂ ਤੈਨੂੰ ਇਹੀ ਸਲਾਹ ਹੈ, ਰੁੱਖੀ ਮੇਸੀ ਖਾ ਕੇ ਆਪਣਾ ਗੁਜ਼ਾਰਾ ਕਰਿਆ ਕਰ। ਸੁਣਦੇ ਹੋ, ਜਿੰਮੀ ਦਾ ਫੋਨ ਆਇਆ ਸੀ, ਕਹਿੰਦਾ ਮੇਰੇ ਅਕਾਊਂਟ 'ਚ ਪੈਸੇ ਪਵਾ ਦਿਓ, ਮੈਂ ਵੱਡੀ ਗੱਡੀ ਲੈਣੀ ਹੈ, ਛੋਟੀ ਗੱਡੀ ਨਾਲ ਮੇਰਾ ਸਟੈਂਡਰਡ ਲੋ ਹੁੰਦਾ ਹੈ। ਪਾ ਦਿੰਦੇ ਆ, ਪਾ ਦਿੰਦੇ ਆ ਸਰਦਾਰ। ਚੰਗਾ ਗੁਰਮੇਲ, ਜੇ ਕਿਸੇ ਹੋਰ ਮਦਦ ਦੀ ਲੋੜ ਹੋਈ ਫਿਰ ਦੱਸੀ, ਠੀਕ ਹੈ? ਫਿਰ ਆਪਾਂ ਨੂੰ ਉਸ ਮੁੰਡੇ ਲਈ ਕੁਝ ਕਰਨਾ ਚਾਹੀਦਾ। ਸਾਡੇ ਕੋਲ ਰਾਜ ਰਾਏ ਵਰਗੇ ਗੁੰਡਿਆਂ ਲਈ ਇਹ ਮੁੰਡਾ ਬਹੁਤ ਵੱਡਾ ਸਬੂਤ ਆ। ਉਸ ਦੇ ਫਾਦਰ ਨਾਲ ਵੀ ਤਾਂ ਗੱਲ ਕੀਤੀ ਜਾ ਸਕਦੀ ਆ। ਜਦੋਂ ਤੂੰ ਗੱਲ ਕਰਕੇ ਦੇਖ ਉਹਨਾਂ ਨਾਲ। ਨਾ ਬਣੀ ਕੋਈ ਗੱਲ, ਤੂੰ ਕੁਛ ਬੋਲਦਾ ਕਿਉਂ ਨਹੀਂ? ਕੀ ਕਹਿੰਦਾ ਆੜਤੀਆ? ਕਹਿਣਾ ਕੀ ਹੈ, ਕਹਿੰਦਾ ਤੁਹਾਡੇ ਵੱਲ ਤਾਂ ਪਹਿਲਾਂ ਹੀ ਬਹੁਤ ਖੜੇ ਨੇ। ਨਾ ਖੜਨ ਨੂੰ ਕਿਹੜਾ, ਅਸੀਂ ਮਹਿਲ ਪਾ ਲਏ, ਦੁੱਖ ਸੁੱਖ ਵੇਲੇ ਫੜੇ ਹੀ ਜਾਂਦੇ ਆ, ਨਾਲੇ ਮੇਰੇ ਪੁੱਤ ਤੋਂ ਵੱਧ ਕੇ ਤਾਂ ਨਹੀਂ ਪੈਸੇ, ਤੂੰ ਕਿਸੇ ਹੋਰ ਤੋਂ ਪੁੱਛ ਲੈਂਦਾ। ਤੈਨੂੰ ਕੀ ਲੱਗਦਾ ਮੈਂ ਟੱਕਰਾਂ ਨਹੀਂ ਮਾਰੀਆਂ? ਦੁੱਖ ਵੇਲੇ ਕੋਈ ਬਾਹ ਨਹੀਂ ਫੜਦਾ। ਹੈਲੋ। ਹਾਂਜੀ, ਜਗਦੀਪ ਦੇ ਬਾਪੂ ਜੀ ਬੋਲਦੇ ਹੋ ਜੀ? ਜੀ, ਅਸੀਂ ਰੈੱਡ ਆਰਟਸ ਤੋਂ ਬੋਲਦੇ ਹਾਂ, ਯੂਨੀਵਰਸਿਟੀ ਵਿੱਚ ਸਾਡਾ ਇੱਕ ਗਰੁੱਪ ਬਣਿਆ ਹੋਇਆ ਜੀ। ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਸੀ ਤੇ ਦੀਪ ਬਾਰੇ ਗੱਲ ਕਰਨਾ ਚਾਹੁੰਦੇ ਸੀ। ਕੌਣ ਹੈ? ਠੀਕ ਹੈ, ਮੈਂ ਸਵੇਰੇ ਸਾਜਰੇ ਆ ਜਾਊਂ। ਠੀਕ ਹੈ ਜੀ, ਓਕੇ, ਆ ਰਹੇ ਨੇ ਬਾਪੂ ਜੀ। ਸੋਖ, ਤੂੰ ਪੱਤਰਕਾਰ ਸ਼ਾਹਬਾਜ਼ ਨਾਲ ਗੱਲ ਕਰ, ਉਹ ਵੀ ਕੱਲ੍ਹ ਆ ਜਾਣਗੇ, ਆਪਾਂ ਨੂੰ ਉਹਨਾਂ ਦੀ ਬਹੁਤ ਲੋੜ ਪੈਣੀ ਹੈ। ਆ ਚੱਕ, ਠੁੱਸ ਠੁੱਸ। ਚਾਲ ਹੋਵੇ ਤਾਂ ਘੋੜੇ ਵਾਲੀ, ਇੱਕ ਚਾਲ 'ਚ ਹੀ ਉਹ ਮਾਰ ਦਿੰਦਾ। ਚੈੱਕਮੇਟ। ਰਾਏ ਸਾਹਿਬ, ਦੇਰ ਹੋਈ ਜਾਂਦੀ ਹੈ, ਕਰੋ ਫਿਰ ਮੁੰਡਿਆਂ ਨਾਲ ਗੱਲ। ਜਿਹੜਾ ਬੰਦਾ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਨਾ ਸਿੱਖਦਾ, ਵਕਤ ਉਹਨੂੰ ਕਦੇ ਮਾਫ਼ ਨਹੀਂ ਕਰਦਾ। ਇਹ ਗੱਲ ਮੈਂ ਨਹੀਂ ਕਹੀ, ਮੈਥੋਂ ਵੀ ਕਿਸੇ ਸਿਆਣੇ ਬੰਦੇ ਨੇ ਕਹੀ ਹੈ। ਸਿਆਣੇ ਹੋ ਤੁਸੀਂ, ਸਿਆਣੇ ਬਣ ਕੇ ਰਹਿਓ, ਉਸਤਾਦ ਅਤੇ ਕਾਪੇ ਵਾਲੀਆਂ ਗਲਤੀਆਂ ਦੁਹਰਾਇਓ ਨਾ। ਸਮਝੇ? ਸਰ, ਪੁਲਿਸ ਪੁਲਿਸ
ਪੁਲਿਸ ਸਰ 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 ਇਫ ਯੂ ਡੋਂਟ ਮਾਇੰਡ ਮੈਂ ਇਹਨਾਂ ਨੂੰ ਨਈ ਡਿਊਟੀ ਸਮਝਾ ਦਿਆਂ ਪੁਲਿਸ ਚਲੋ 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 ਐਵੇਂ ਠੁੱਸ ਮਰਾਈ ਜਾਂਦੇ ਚਲੋ ਮੁੰਡਾ ਤਾਂ ਜੇਲ੍ਹ ਭੇਜਤਾ ਵਕੀਲ ਸਿੰਘ ਨੇ ਕਾਨੂੰਨ 'ਚ ਕੁੰਡੀਆਂ ਬਹੁਤ ਹੁੰਦੀਆਂ ਨੇ ਕਦੋਂ ਬਾਹਰ ਆ ਜੇ ਪਤਾ ਨਹੀਂ ਓਏ ਉਹਦੇ ਪਿਓ ਤੋਂ ਤਾਂ ਸਬਜ਼ੀ ਨਹੀਂ ਖਰੀਦੀ ਜਾਂਦੀ ਉਹ ਵਕੀਲ ਕਿੱਥੋਂ ਖਰੀਦ ਲੂਗਾ ਸ਼ਹਿਬਾਜ਼ ਬਾਈ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਸਮਾਂ ਰਹਿੰਦੇ ਸੁੱਤੇ ਰਹੀਏ ਤਾਂ ਇਤਿਹਾਸ ਸਾਡੇ ਲਈ ਸਵਾਲ ਬਣ ਜਾਂਦਾ ਅਤੇ ਜੇ ਜਾਗ ਪੀਏ ਇਤਿਹਾਸ ਸਾਡੇ ਲਈ ਇਨਕਲਾਬ ਬਣ ਜਾਂਦਾ ਅਤੇ ਦਿਨੋਂ ਦਿਨ ਜ਼ੁਲਮ ਇੰਨਾ ਵਧੀ ਜਾਂਦਾ ਕਿ ਲੋਕ ਇਹ ਸੋਚਦੇ ਆ ਅਸੀਂ ਗੁਲਾਮ ਹਾਂ ਕਿ ਆਜ਼ਾਦ ਤੁਸੀਂ ਫਿਕਰ ਨਾ ਕਰੋ ਬਾਪੂ ਜੀ ਮੈਂ ਤੁਹਾਡੇ ਨਾਲ ਹਾਂ ਮੇਰਾ ਮੁੰਡਾ ਕਿਸੇ ਦਾ ਕਤਲ ਨਹੀਂ ਕਰ ਸਕਦਾ ਮੈਨੂੰ ਪਤਾ ਜ਼ਰੂਰ ਉਹਨੂੰ ਕਿਸੇ ਨਾ ਕਿਸੇ ਨੇ ਫਸਾਇਆ ਮੈਨੂੰ ਤਾਂ ਹੁਣ ਇਹ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿੱਥੇ ਜਾਵਾਂ ਬਸ ਰੱਬ ਅੱਗੇ ਅਰਦਾਸ ਹੈ ਦਾਤਾ ਜੀ ਮਿਹਰ ਕਰੋ ਲੱਗਦਾ ਬਾਪੂ ਜੀ ਤੁਸੀਂ ਸਰਬੰਸ ਦਾਨੀ ਨੂੰ ਭੁੱਲ ਗਏ ਹੋ ਉਹਨਾਂ ਨੇ ਕਿਹਾ ਸੀ ਸਵਾ ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਜਬ ਐ ਬਾਣ ਲੱਗਿਓ ਤਬੈ ਰੋਸ ਜਾਗਿਓ ਸਰਬੰਸ ਵਰ ਦਿੱਤਾ ਸਾਡੇ ਲਈ ਕੀ ਸੋਚਦੇ ਹੋਣਗੇ ਜਦੋਂ ਅਸੀਂ ਜ਼ੁਲਮ ਨਾਲ ਟੱਕਰ ਲੈਣ ਦੀ ਬਜਾਏ ਹੱਥ ਜੋੜ ਕੇ ਖਲੋ ਜਾਂਦੇ ਹਾਂ ਗੁਰੂਆਂ ਤੋਂ ਆਸ਼ੀਰਵਾਦ ਲੈ ਕੇ ਲੜਨਾ ਹੋਊਗਾ ਬਾਪੂ ਜੀ ਤਾਂ ਠੀਕ ਹੈ ਦੋਸਤੋ ਤੁਸੀਂ ਆਪਣੇ ਹੌਸਲੇ ਬੁਲੰਦ ਰੱਖੋ ਮੈਂ ਆਪਣੇ ਅਖਬਾਰ ਵੱਲੋਂ ਇਹ ਜੰਗ ਸ਼ੁਰੂ ਕਰਦਾ ਚੰਗਾ ਸਰ ਤੁਹਾਡਾ ਨਾਂ ਅਖਬਾਰ 'ਚ ਆਇਆ ਨਸ਼ਾ ਤਸਕਰਾਂ 'ਚ ਤੁਹਾਡਾ ਵੀ ਹੱਥ ਆ ਰਿਹਾ ਜੀ ਐਡੀ ਹਿੰਮਤ ਕਿਹਦੀ ਹੋ ਗਈ ਕੋਈ ਸ਼ਾਵਰ ਸਿੰਘ ਹੈ ਜੀ ਕੋਈ ਨਾ ਕੰਧਾਂ 'ਤੇ ਨਾਅਰੇ ਲਿਖਣ ਨਾਲ ਇਨਕਲਾਬ ਨਹੀਂ ਆਉਂਦੇ ਇਹ ਗੱਲ ਮੈਂ ਨਹੀਂ ਮੈਥੋਂ ਵੀ ਕਿਸੇ ਸਿਆਣੇ ਨੇ ਕਹੀ ਹੈ ਪਰ ਸਰ ਜੀ ਇੱਦਾਂ ਹੀ ਅਖਬਾਰਾਂ 'ਚ ਆਪਣੇ ਖਿਲਾਫ਼ ਖਬਰਾਂ ਲੱਗੀਆਂ ਤਾਂ ਲੋਕ ਆਪਣੇ ਖਿਲਾਫ਼ ਹੋ ਜਾਣਗੇ ਜੀ ਲੋਕਾਂ ਦਾ ਰਿਐਕਸ਼ਨ ਨਾ ਦੁੱਧ ਦੇ ਉਬਾਲ ਵਾਂਗੂ ਹੁੰਦਾ ਇੱਕਦਮ ਉੱਤੇ ਨੂੰ ਆਉਂਦਾ ਪਾਣੀ ਦੇ ਚਾਰ ਛਿੱਟੇ ਮਾਰੋ ਦੁੱਗਣੀ ਸਪੀਡ ਨਾਲ ਥੱਲੇ ਹੁਣ ਫਿਰ ਐਂ ਕਰ ਪ੍ਰੈਸ ਕਾਨਫਰੰਸ ਬੁਲਾ ਇੱਕ ਐਂਟੀ ਡਰੱਗ ਮੁਹਿੰਮ ਸ਼ੁਰੂ ਕਰਦੇ ਹਾਂ ਗੁਲਾਬ ਨੂੰ ਤੇਜ਼ਾਬ ਨਾ ਕਰੋ ਲੰਮੇ ਲੰਮੇ ਸਾਹ ਨੂੰ ਬੱਚਾ ਮੰਤਰੀ ਸਾਹਿਬ ਪੰਜਾਬ 'ਚ ਇਸ ਵਕਤ ਬਹੁਤ ਭਾਰੀ ਮਾਤਰਾ 'ਚ ਨਸ਼ਾ ਆ ਰਿਹਾ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਵਿਚਾਰ ਤਾਂ ਇਹ ਹੈ ਜੀ ਦੇਖੋ ਵੀ ਬੀਬਾ ਨਸ਼ਾ ਆ ਰਿਹਾ ਨਸ਼ਾ ਹੋ ਰਿਹਾ ਇਹ ਸਾਰੀਆਂ ਗੱਲਾਂ ਨੇ ਪੰਜਾਬ ਨੂੰ ਮਹਿਜ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਅਸੀਂ ਇੱਕ ਮੁਹਿੰਮ ਤੋਰੀ ਹੈ ਜਿਹਦਾ ਨਾਂ ਰੱਖਿਆ ਗੁਲਾਬ ਨੂੰ ਤੇਜ਼ਾਬ ਕਰਨਾ ਬੰਦ ਕਰੋ ਮੰਤਰੀ ਜੀ ਯੂਨੀਵਰਸਿਟੀ ਵਿੱਚ ਕੱਲ੍ਹ ਇੱਕ ਮੁੰਡਾ ਨਸ਼ੇ ਕਰਕੇ ਮਰ ਗਿਆ ਅਤੇ ਇਹ ਕੋਈ ਨਵੀਂ ਗੱਲ ਨਹੀਂ ਇਹ ਤਾਂ ਰੋਜ਼ ਹੀ ਹੁੰਦਾ ਆ ਰਿਹਾ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਸੁਣਿਆ ਮੈਂ ਵੀ ਹੈ ਬਹੁਤ ਅਫਸੋਸ ਆ ਉਸ ਘਟਨਾ ਦਾ ਬਾਕੀ ਲਹਿਰੀ ਸਾਹਿਬ ਕਹਿਣਾ ਇਹ ਹੈ ਵੀ ਜਿਹੜੇ ਆ ਛੋਟੇ ਮੋਟੇ ਨਸ਼ਾ ਤਸਕਰ ਨੇ ਨਾ ਮਤਲਬ ਤਸਕਰ ਨੇ ਇਹ ਉਹਨਾਂ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ
ਉਹਨਾਂ ਨੂੰ ਫੜਨ ਲਈ, ਉਹਨਾਂ ਨੂੰ ਖੋਜਣ ਲਈ ਅਸੀਂ ਕੋਸ਼ਿਸ਼ਾਂ ਜਾਰੀ ਨੇ ਅਤੇ ਜਦੋਂ ਕੋਈ ਹੱਥ ਲੱਗਦਾ ਨਾਲ ਦੇ ਨਾਲ ਅੰਦਰ ਕਰ ਦਾਂਗੇ। ਸਰ, ਤੁਹਾਨੂੰ ਨਹੀਂ ਲੱਗਦਾ ਜੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਉਹ ਨਸ਼ਿਆਂ ਦੀ ਦਲਦਲ 'ਚ ਧੱਸਣ ਹੀ ਨਾ? ਕਾਕਾ ਜੀ, ਪਹਿਲਾਂ ਰੁਜ਼ਗਾਰ ਦੇ ਕਾਬਲ ਤਾਂ ਹੋ ਜਾਣ, ਹੈਂ, ਐਡਮਿਸ਼ਨ ਲੈਂਦੇ ਆ, ਨੰਬਰ ਲਏ ਨਹੀਂ ਜਾਂਦੇ ਅਤੇ ਕਾਲਜ ਦਾਖਲਾ ਲੈਣ ਸਾਰ ਨਸ਼ਾ ਕਰਨ ਲੱਗ ਜਾਂਦੇ ਆ। ਸਰ, ਤੁਸੀਂ ਤਾਂ ਕਹਿੰਦੇ ਹੋ ਪੰਜਾਬ 'ਚ ਨਸ਼ਾ ਹੀ ਹੈ ਨਹੀਂ। ਮੇਰਾ ਮਤਲਬ ਇਹ ਹੈ ਕਹਿਣ ਦਾ ਵੀ ਜਿਹੜੇ ਮੁੰਡੇ ਕੁੜੀਆਂ ਨੇ ਉਹ ਰੁਜ਼ਗਾਰ ਦੇ ਕਾਬਲ ਨਹੀਂ ਹੈਗੇ। ਪਰ ਸਰ, ਤੁਹਾਡੇ ਭਤੀਜੇ ਨੂੰ ਮੈਰਿਟ ਤੋਂ ਬਿਨਾਂ ਨੌਕਰੀ ਕਿਵੇਂ ਮਿਲ ਗਈ ਜਦੋਂ ਕਿ PhD ਵਾਲੇ ਚਪੜਾਸੀ ਭਰਤੀ ਹੋਣ ਨੂੰ ਫਿਰਦੇ ਆ? ਕੀ ਨਾਮ ਹੈ ਤੁਹਾਡਾ? ਸ਼ਾਬਾਜ਼। ਸ਼ਹਿਬਾਜ਼, ਇੰਟੈਲੀਜੈਂਟ ਹੋ। ਮੇਰਾ ਖਿਆਲ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਹੋ ਚੁੱਕੇ ਨੇ। ਸ਼ੁਕਰੀਆ ਤੁਹਾਡਾ, ਮੇਰੇ ਅੱਗੇ ਵੀ ਰੁਝੇਵੇਂ ਨੇ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸ਼ਹਿਬਾਜ਼, ਗੀ ਹੋ ਗਏ ਨੇ ਤਾਈਓ ਯਾਰ ਪਰਿੰਦੇ ਬਾਗੀ ਹੋ ਗਏ। ਬਾਗੀ
ਦੋਸਤੋ, ਝੂਠ ਦੀਆਂ ਲਾਠੀਆਂ ਸੱਚ ਨੂੰ ਨਹੀਂ ਦਬਾ ਸਕਦੀਆਂ। ਜਦੋਂ ਜਦੋਂ ਵੀ ਧਰਤੀ ਤੇ ਜ਼ੁਲਮ ਵਧਿਆ ਤਾਂ ਉਹਦਾ ਅੰਤ ਹੋਇਆ, ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਉਹ ਹਾਲੇ ਵੀ ਨਾ ਖੜੇ ਹੋਏ ਤਾਂ ਇਹ ਜ਼ਾਲਮ ਸਾਡੇ ਘਰਾਂ ਤੱਕ ਕੱਪੜ ਜਾਣਗੇ, ਤੇ ਸਾਨੂੰ ਵਿਸ਼ਵਾਸ ਹੈ ਕਿ ਲੋਕ ਸਾਡਾ ਸਾਥ ਦੇਣਗੇ। ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਰੱਖ ਤੜੀ ਤੇ ਆਪਣੇ ਦਿਲ ਨੂੰ ਲਾ ਕੇ ਅੱਗ। ਸਮਝੇ ਕਿ ਚਾਨਣ ਡਰ ਗਿਆ, ਰਾਤ ਨਾ ਸਮਝੇ ਕਿ ਸੂਰਜ ਮਰ ਗਿਆ। ਇਹਨਾਂ ਵੱਲੋਂ ਕੀਤਾ ਸਾਡੇ ਸਾਥੀ ਤੇ ਹਮਲਾ ਇਹਨਾਂ ਦੇ ਡਰ ਦਾ ਪ੍ਰਗਟਾਵਾ, ਤੇ ਹੁਣ ਸਾਡੀ ਇਹ ਲੜਾਈ ਹੋਰ ਤੇਜ਼ ਹੋ ਚੁੱਕੀ ਹੈ। ਓ ਮਾਈ ਗੋਡ ਸਰ ਜੀ, ਮੁੰਡਾ ਬਾਹਰ ਆ ਗਿਆ ਜੀ, ਆਪਣੀ ਰਾਹ ਦਾ ਕੰਡਾ ਬਣ ਸਕਦਾ ਹੈ। ਕੰਡਾ ਜਿੰਨੀ ਛੇਤੀ ਨਿਕਲ ਜੇ ਉਨਾ ਹੀ ਚੰਗਾ ਹੁੰਦਾ ਹੈ। ਕੰਡਾ ਕੱਢਣ ਦਾ ਟਾਈਮ ਆ ਗਿਆ। ਚੰਡੀਗੜ੍ਹੀਏ ਨੂੰ ਫੋਨ ਲਾ। ਚੰਡੀਗੜ੍ਹੀਆ? ਪਰ ਸਰ, ਉਹ ਤਾਂ ਬਹੁਤ ਖਤਰਨਾਕ ਹੈ ਜੀ। ਇੱਕ ਮੁੰਡੇ ਦੀ ਫੋਟੋ ਭੇਜ ਰਿਹਾ, ਨਾਲ ਉਹਦੇ ਕੇਸ ਦੀ ਫਾਈਲ। ਕੋਈ ਚੰਗਾ ਜਿਹਾ ਵਕੀਲ ਦੇਖ ਕੇ ਜ਼ਮਾਨਤ ਕਰਾ ਉਹਦੀ, ਜਲਦੀ ਰਿਹਾ ਕਰਾ ਉਹਨੂੰ। ਸਾਹਿਬ, ਇਹ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ, ਇਸ ਲਈ ਤੁਹਾਡੇ ਕੋਲ ਆਏ ਹਾਂ। ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਹੈ, ਪਰ ਇਹ ਨਾ ਸੌਖਾ ਨਹੀਂ ਜਿੰਨਾ ਤੁਸੀਂ ਲੋਕ ਸਮਝ ਰਹੇ ਹੋ। ਸਰ, ਇਹਨਾਂ ਦਾ ਮੁੰਡਾ ਬੇਕਸੂਰ ਹੈ, ਤੇ ਉਹਦੇ ਬਾਹਰ ਆਉਣ ਦੇ ਨਾਲ ਸੈਂਕੜੇ ਜਾਨਾਂ ਬਚ ਸਕਦੀਆਂ ਨੇ। ਕਾਕਾ ਜੀ, ਜਿਹਨਾਂ ਲੋਕਾਂ ਦੇ ਖਿਲਾਫ਼ ਤੁਸੀਂ ਲੜ ਰਹੇ ਹੋ ਨਾ, ਉਹ ਕਿੰਨੇ ਖਤਰਨਾਕ ਲੋਕ ਨੇ, ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ। ਮੈਂ ਚਾਹ ਕੇ ਵੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਸੌਰੀ। ਵਕੀਲ ਸਾਹਿਬ, ਜਿੱਦਾਂ ਦਾ ਮੇਰਾ ਮੁੰਡਾ ਅੰਦਰ ਹੋਇਆ, ਮੈਨੂੰ ਤਾਂ ਡਰ ਲੱਗਣੋਂ ਹਟ ਗਿਆ। ਵਕਤ ਬਹੁਤ ਵੱਡੀ ਚੀਜ਼ ਹੈ, ਹੋ ਸਕਦਾ ਕੱਲ੍ਹ ਤੁਹਾਨੂੰ ਵੀ ਡਰ ਲੱਗਣ ਤੋਂ ਹਟ ਜੇ। ਚਲੋ ਪੁੱਤ, ਕਾਹਨੂੰ ਕਿਸੇ ਨੂੰ ਧੱਕੇ ਨਾਲ ਕਿਸੇ ਦੀ ਮਦਦ ਕਰਨ ਲਈ ਕਹਿੰਦੇ ਹੋ, ਆਓ ਚੱਲੀਏ। ਇੱਕ ਮਿੰਟ ਸਰਦਾਰ ਸਾਹਿਬ, ਤੁਸੀਂ ਮੈਨੂੰ ਆਪਣਾ ਨੰਬਰ ਦੇ ਕੇ ਜਾਓ, ਜੇ ਹੋ ਸਕਿਆ ਤਾਂ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ। ਸਤਿ ਸ਼੍ਰੀ ਅਕਾਲ ਸਰ। ਸਰ ਸਰ, ਮੈਂ ਇਹਨਾਂ ਮੁੰਡਿਆਂ ਨੂੰ ਜਾਣਦਾ ਜੀ, ਮੈਂ ਕਹਿੰਦਾ ਸੀ ਆਪਾਂ ਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜੀ, ਨਾਲੇ ਜਿਵੇਂ ਇਹ ਨਸ਼ਿਆਂ ਦਾ ਕਾਰੋਬਾਰ ਅੱਗੇ ਵੱਧ ਰਿਹਾ ਨਾ,
ਤਾਂ ਕੀ ਗਰੰਟੀ ਹੈ ਕੱਲ ਨੂੰ ਆਪਣੇ ਘਰ ਵੀ ਬੱਚੇ ਰਹਿਣਗੇ। ਆ ਬਈ ਚੰਡੀਗੜ੍ਹੀ ਆ, ਅੱਜ ਕਿਵੇਂ ਆਉਣਾ ਹੋਇਆ? ਬੰਦਾ ਬਾਹਰ ਚਾਹੀਦਾ। ਵਕੀਲ ਤਾਂ ਹੋਰ ਵੀ ਬੜੇ ਨੇ, ਪਰ ਆਹ ਕੰਮ ਸਿਰਫ ਤੁਸੀਂ ਕਰ ਸਕਦੇ ਹੋ। ਕੇਸ ਤਾਂ ਚੰਡੀਗੜ੍ਹੀਆ ਮੇਰੇ ਕੋਲ ਵੀ ਬਹੁਤ ਨੇ, ਤੇ ਆਪਣੀ ਕਾਬਲੀਅਤ ਬਾਰੇ ਮੈਨੂੰ ਕੋਈ ਸ਼ੱਕ ਵੀ ਨਹੀਂ। ਇਹਦੇ 'ਚ ਤਾਂ ਇੰਡੀਆ ਹੀ ਨਹੀਂ ਹੈਗਾ। ਇਸ ਬੰਦੇ ਨੂੰ ਬਾਹਰ ਕਢਵਾਉਣ ਲਈ ਘੱਟੋ ਘੱਟ ਇੱਕ ਹਫ਼ਤਾ ਲੱਗੂ। ਦੋ ਦਿਨ ਪਰ ਕੋਈ ਸਵਾਲ ਨਹੀਂ ਪੁੱਛਣਾ। ਓਕੇ, ਮੈਂ ਕੋਸ਼ਿਸ਼ ਕਰਾਂਗਾ। ਐਸਾ ਪ੍ਰਧਾਨ ਹੋ ਗਿਆ ਚਾਰੇ ਪਾਸੇ ਮੁਖਤਿਆਰ ਕੁਰੇ, ਇੱਕ ਨੂੰ ਕਨਾਨ ਸਭ ਕਾਹੂ ਨੇ, ਮੈਨੂੰ ਤਾਂ ਕਿਸੇ ਪਾਸੇ ਕੋਈ ਰਾਹ ਨਹੀਂ ਦਿਸਦਾ। ਪਤਾ ਨਹੀਂ ਕਿਵੇਂ ਹੋਊ ਮੇਰਾ ਪੁੱਤ, ਮੇਰਾ ਤਾਂ ਦਿਲ ਘਟਦਾ, ਕਿਤੇ ਪੁੱਤ ਦਾ ਮੂੰਹ ਵੇਖਿਆ ਵੀ ਨਹੀਂ ਨਾ ਮਰ ਜਾ। ਦੋ ਮਹੀਨੇ ਹੋ ਗਏ ਮੇਰੇ ਪੁੱਤ ਨੂੰ, ਅਜੇ ਕੋਈ ਆਸ ਹੀ ਨਹੀਂ ਦਿਸਦੀ। ਜਦ ਕਿਸੇ ਪਾਸੇ ਕੋਈ ਬਾਹ ਹੀ ਨਾ ਚੱਲੇ ਤਾਂ ਬੰਦਾ ਕੀ ਕਰੇ, ਕੋਈ ਸਾਲਾ ਗੱਲ ਸੁਣ ਕੇ ਰਾਜੀ ਨਹੀਂ। ਹਰ ਛੋਟੇ ਬੜੇ ਦੇ ਪੈਰੀ ਪੈ ਕੇ ਦੇਖ ਲਿਆ, ਪੱਥਰ ਦਿਲ ਹੋ ਗਏ ਸਾਰੇ। ਪਰ ਫਿਕਰ ਨਾ ਕਰ ਤੂੰ, ਮੈਂ ਸਵੇਰੇ ਫੇਰ ਜਾਂਦਾ ਕਿਸੇ ਪਾਸੇ, ਸ਼ਾਇਦ ਕੋਈ ਰਾਹ ਮਿਲ ਜੇ। ਹੌਸਲਾ ਰੱਖਾ ਹੈ, ਕਾਹਤੋਂ ਦਿਲ ਹੌਲਾ ਕਰਦੀ ਹੈ, ਚੁੱਪ ਕਰ। ਹੈਲੋ, ਹੈਲੋ ਗੁਰਮੇਲ ਸਿੰਘ। ਹਾਂਜੀ, ਮੈਂ ਐਡਵੋਕੇਟ ਪ੍ਰਤਾਪ ਠਾਕੁਰ ਬੋਲ ਰਿਹਾ। ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਸਤਿ ਸ਼੍ਰੀ ਅਕਾਲ ਗੁਰਮੇਲ ਸਿੰਘ, ਤੁਸੀਂ ਮੈਨੂੰ ਜਲਦੀ ਤੋਂ ਜਲਦੀ ਸ਼ਹਿਰ ਦੀ ਥਰਮਲ ਵਾਲੀ ਜ਼ਮੀਨ ਤੇ ਮਿਲੋ। ਹਾਂਜੀ ਵਕੀਲ ਸਾਹਿਬ, ਬਸ ਮੈਂ ਹੁਣੇ ਆਉਣਾ ਜੀ। ਕੱਲੇ ਨਾ ਆਇਓ, ਰੈੱਡ ਆਰਟਸ ਦੇ ਮੁੰਡਿਆਂ ਨੂੰ ਨਾਲ ਲੈ ਕੇ ਆਇਓ। ਠੀਕ ਹੈ ਵਕੀਲ ਸਾਹਿਬ, ਬਸ ਮੈਂ ਪਹੁੰਚਿਆ ਜੀ ਹੁਣੇ।
ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਸਤਿ ਸ਼੍ਰੀ ਅਕਾਲ। ਤੂੰ ਸੋਚਦਾ ਹੋਊਗਾ ਗੁਰਮੇਲ ਸਿੰਘ ਮੈਂ ਤੇਰੇ ਇੱਥੇ ਕਿਉਂ ਬੁਲਾਇਆ, ਹੈਰਾਨ ਨਾ ਹੋ, ਆ। ਦੀਪ, ਓਏ ਮੇਰਾ ਪੁੱਤ, ਓਏ ਪੁੱਤ ਬਾਹਰ ਆ ਗਿਆ ਤੂੰ, ਕਿੱਥੇ ਚਲਾ ਗਿਆ ਸੀ ਮੇਰੇ ਬੱਚਿਆ? ਹੌਸਲਾ ਰੱਖ, ਬਸ ਕਰ। ਵਕੀਲ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਮੈਂ ਤੁਹਾਡਾ ਆਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਇਹਦੇ ਵਿੱਚ ਆਸਾਨ ਵਾਲੀ ਕੋਈ ਗੱਲ ਨਹੀਂ ਗੁਰਮੇਲ ਸਿੰਘ, ਇਹ ਤਾਂ ਮੇਰਾ ਫਰਜ਼ ਸੀ, ਸਗੋਂ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ, ਤੂੰ ਮੈਨੂੰ ਮੇਰਾ ਫਰਜ਼ ਯਾਦ ਕਰਾਇਆ। ਬਸ ਹੁਣ ਮੁੰਡੇ ਦਾ ਖਿਆਲ ਰੱਖ, ਇਹਦਾ ਸਹਾਰਾ ਬਣ, ਸ਼ਾਬਾਸ਼। ਹੁਣ ਤਾਂ ਮੇਰਾ ਇਹੀ ਸਹਾਰਾ ਵਕੀਲ ਸਾਹਿਬ। ਚੱਲ ਪੁੱਤ। ਗੁਰਮੇਲ ਸਿੰਘ, ਇਹਨੂੰ ਇੱਥੇ ਲੈ ਕੇ ਆਉਣਾ ਮੇਰੀ ਮਜਬੂਰੀ ਸੀ, ਤੂੰ ਜਾਣਦਾ ਉਹ ਕਿਸ ਕਿਸਮ ਦੇ ਲੋਕ ਨੇ, ਉਹਨਾਂ ਦੀ ਬਾਜ਼ ਅੱਖ ਹਰ ਵੇਲੇ ਨਜ਼ਰ ਰੱਖਦੀ ਹੈ ਸਾਡੇ ਤੇ, ਤੂੰ ਬਸ ਇਹਦਾ ਖਿਆਲ ਰੱਖ। ਮਿਹਰਬਾਨੀ, ਰੱਬ ਤੁਹਾਨੂੰ ਤਰੱਕੀ ਦੇਵੇ। ਚੰਗਾ, ਤੂੰ ਚਿੰਤਾ ਨਾ ਕਰ, ਮੇਰੀ ਮਾਂ ਉਡੀਕਦੀ ਹੈ ਪੁੱਤ ਕਰੇ। ਚੱਲ ਪੁੱਤ, ਚਲੋ ਸ਼ੇਰੋ। ਕਿਉਂ ਹੋ ਬੈਠਾ ਮਾਯੂਸ ਜਿਹਾ, ਕਿਉਂ ਮੂੰਹ ਕੀਤਾ ਮਨਹੂਸ ਜਿਹਾ, ਕਈ ਵਾਰ ਜੇ ਡਿੱਗਿਆ ਟੁੱਟ ਟੁੱਟ ਕੇ, ਕਹਿੰਦਾ ਰਹਿ ਫਿਰ ਵੀ ਉੱਠ ਉੱਠ ਕੇ, ਕਿੰਜ ਆਉਂਦੀ ਮੁਸ਼ਕਿਲ ਬਣ ਤਣ ਕੇ, ਹਰ ਵਾਰ ਬੇਲੀਆ ਵੇਖਾਂਗੇ। ਤੂੰ ਜ਼ੋਰ ਲਗਾ ਦੇ ਖੇਡਣ ਤੇ, ਜਿੱਤ ਹਾਰ ਬੇਲੀਆ ਦੇਖਾਂਗੇ। ਤੂੰ ਜ਼ੋਰ ਲਗਾ ਦੇ ਖੇਡਣ ਤੇ, ਜਿੱਤ ਹਾਰ ਬੇਲੀਆ
ਚੰਡੀਗੜ੍ਹੀਆ, ਤੂੰ ਤਾਂ ਕਹਿੰਦਾ ਸੀ ਹਫ਼ਤਾ ਲੱਗੂਗਾ, ਮੁੰਡਾ ਤਾਂ ਬਾਹਰ ਆ ਗਿਆ। ਵਕੀਲ ਨਾਲ ਗੱਲ ਕਰ ਢੰਗ ਨਾਲ ਜੀ। ਮੈਨੂੰ ਇਸ ਮੁੰਡੇ ਦਾ ਕੰਮ ਤਮਾਮ ਚਾਹੀਦਾ, ਪਰ ਧਿਆਨ ਨਾਲ, ਇਲੈਕਸ਼ਨ ਸਿਰ 'ਤੇ ਹੈ। ਹੋ ਜਾਏਗਾ। ਕੱਖਾਂ ਨੇ ਤਾਂ ਅੱਗ ਹਿੰਮਤਾਂ ਨੇ ਬਾਲੀ ਏ, ਇੱਕ ਪਾਸੇ ਲਸ਼ਕਰ ਲੱਖਾਂ ਨੇ, ਇੱਕ ਪਾਸੇ ਬੰਦੇ ਕਰਦਾ ਕੱਲਾ ਵਾਰ ਬੇਲੀਆ ਵੇਖਾਂਗੇ। ਬਚ ਕੇ ਕਿੱਥੇ ਜਾਏਗੀ? ਇਹ ਤਾਂ ਤੂੰ ਸਾਨੂੰ ਹੋਰ ਵੀ ਸੌਖਾ ਕਰਤਾ। ਸੁਨਸਾਨ ਜਗ੍ਹਾ ਤੂੰ ਤੇ ਅਸੀਂ, ਇੱਥੇ ਤੁਸੀਂ ਮੈਨੂੰ ਨਹੀਂ, ਮੈਂ ਤੁਹਾਨੂੰ ਲੈ ਕੇ ਆਈ ਹਾਂ। ਬਾਜ਼ਾਰ ਦਾ ਸ਼ੋਰ ਸ਼ਰਾਬਾ ਸਾਨੂੰ ਪਸੰਦ ਨਹੀਂ। ਸਾਨੂੰ ਕਿੱਥੇ ਨੂੰ? ਊਂ ਤਾਂ ਮੈਂ ਤੈਨੂੰ ਛੱਡ ਦਿੰਦੀ, ਪਰ ਆਹ ਬਹੁਤ ਮਾੜਾ ਕੀਤਾ ਜਿਹੜਾ ਇੱਜ਼ਤ ਨੂੰ ਹੱਥ ਪਾ ਲਿਆ। ਇਹ ਚੁੰਨੀ ਜੇ ਸਿਰ ਤੇ ਹੋਵੇ ਨਾ ਤਾਂ ਅਦਬ ਬਣ ਜਾਂਦੀ ਆ, ਪਰ ਲੋੜ ਪੈਣ ਤੇ ਤੇਰੇ ਵਰਗਿਆਂ ਦੇ ਗੱਲ ਦਾ ਸਾਡੇ ਨਾਲ ਹੈ ਤਾਂ ਅਸੀਂ ਕੱਲ ਨੂੰ ਮੀਡੀਆ ਬੁਲਾਉਂਦੇ ਹਾਂ, ਤੇ ਤੂੰ ਇਹਨਾਂ ਦਾ ਕਾਲਾ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਏ। ਨਾਲੇ ਤੇਰੇ ਜੇਲ੍ਹ ਜਾਣ ਤੋਂ ਬਾਅਦ ਤੇਰੇ ਦੋਸਤ ਉਹਨਾਂ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਨੇ। ਅਸੀਂ ਬਹੁਤ ਸਮਝਾਇਆ, ਪਰ ਸਾਡੀ ਸੁਣਦਾ ਕੌਣ ਹੈ? ਮੈਂ ਪੱਤਰਕਾਰ ਸ਼ਾਹਬਾਜ਼ ਨਾਲ ਵੀ ਗੱਲ ਕਰ ਲਵਾਂਗੀ, ਉਹ ਵੀ ਆ ਜਾਣਗੇ। ਦੋਸਤ, ਕੱਲ੍ਹ 10 ਵਜੇ ਆ ਜਾਈਂ ਓਪਨ ਏਅਰ ਥੀਏਟਰ, ਅਸੀਂ ਤੇਰਾ ਇੰਤਜ਼ਾਰ ਕਰਾਂਗੇ। ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਤੇਰੇ ਹੱਥ 'ਚ ਆ। ਸੋਚ ਲੈ ਦੀ। ਆਊਂਗਾ ਬਾਈ, ਮੈਂ ਆਊਂਗਾ, ਮੈਂ ਆਊਂਗਾ। ਨੀਰਜ। ਕੌਣ? ਉਸਤਾਦ। ਬਾਈ ਕਿਵੇਂ ਆ ਤੂੰ? ਤੂੰ ਬਾਹਰ ਆ ਗਿਆ? ਹੈਲੋ। ਉਹ ਉਸਤਾਦ ਤਾਂ ਬਾਹਰ ਆ ਗਿਆ, ਉਹਦਾ ਜਿਉਂਦਾ ਰਹਿਣਾ ਸਾਡੇ ਸਾਰਿਆਂ ਲਈ ਖਤਰਾ ਹੈ।
ਮੈਂ ਤੈਨੂੰ ਮਿਲਣਾ ਚਾਹੁੰਦਾ। ਮਿਲ ਸਕਦਾ ਤੂੰ? ਨਾਲੇ ਉਹ ਤੁਹਾਨੂੰ ਜੇਲ ਭੇਜਣ ਦੀਆਂ ਤਰਤੀਬਾਂ ਬਣਾ ਰਿਹਾ। ਮੈਂ ਤੁਹਾਡਾ ਗੁਨਾਹਗਾਰ ਹਾਂ ਬਾਈ। ਨਸ਼ਿਆਂ ਦੀ ਇਸ ਤੇਜ਼ ਹਨੇਰੀ ਵਿੱਚ ਬੰਦੇ ਦਾ ਸਭ ਕੁਝ ਵਿਖ ਜਾਂਦਾ। ਜੇ ਇੱਕ ਵਾਰ ਜੇਲ ਚਲੇ ਗਏ ਤਾਂ ਔਖਾ। ਪਰ ਦੇਖਿਓ ਕਿਤੇ ਆਪਦਾ ਜ਼ਮੀਰ ਨਾ ਵੇਚ ਬੈਠਿਓ। ਪਰ ਫਿਰ ਕੀ ਕਰੀਏ ਸਰ? ਨਾ ਘਬਰਾਓ ਨਾ, ਉਹਨੂੰ ਕਿਸੇ ਸ਼ਾਂਤ ਜਿਹੀ ਜਗ੍ਹਾ ਤੇ ਬੁਲਾਓ। ਬਾਕੀ ਕੰਮ ਚੰਡੀਗੜ੍ਹੀ ਦਾ। ਠੀਕ ਹੈ ਸਰ। ਇਸ ਜ਼ਿੰਦਗੀ ਦਾ ਅੰਤ ਸਿਰਫ ਮੌਤ ਹੈ ਬਾਈ। ਬਾਈ ਤੂੰ ਐਂ ਕਰੀ, ਤੂੰ ਅੱਡੇ ਵਾਲੇ ਖੋਖੇ ਤੇ ਹੀ ਆ ਜੀ। ਉਸਤਾਦ ਦਾ ਫੋਨ ਸੀ, ਮੰਤਰੀ ਸਾਹਿਬ ਦਾ ਫੋਨ ਸੀ। ਹੈਲੋ ਚੰਡੀਗੜ੍ਹੀਆ ਜੀ, ਜਿਹੜਾ ਬੰਦਾ ਦੁਸ਼ਮਣ ਨੂੰ ਕਮਜ਼ੋਰ ਸਮਝਦਾ ਨਾ, ਉਹ ਇੱਕ ਨਾ ਇੱਕ ਦਿਨ ਧੋਖਾ ਖਾਂਦਾ। ਇਹ ਗੱਲ ਮੈਂ ਨਹੀਂ ਕਹੀ, ਮੈਥੋਂ ਵੀ ਕਿਸੇ ਸਿਆਣੇ ਬੰਦੇ ਨੇ ਕਹੀ। ਕੱਲ੍ਹ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਬੰਦਾ ਸਿਵਿਆਂ 'ਚ ਰਾਖ ਬਣ ਕੇ ਪਿਆ ਹੋਵੇਗਾ। ਇਹ ਚੰਡੀਗੜ੍ਹੀਆ ਦਾ ਵਾਅਦਾ ਹੈ। ਬੇਬੇ ਤੂੰ ਤਾਂ ਨਹੀਂ ਮੈਨੂੰ ਕਸੂਰਵਾਰ ਸਮਝਦੀ, ਤੂੰ ਤਾਂ ਮੈਨੂੰ ਆਪਦਾ ਪੁੱਤ ਸਮਝਦੀ ਹੈ ਨਾ। ਕਾਪਾ ਮੇਰਾ ਵੀ ਭਰਾ ਸੀ, ਉਹਦੇ ਜਾਣ ਤੋਂ ਬਾਅਦ ਮੈਂ ਵੀ ਕਿਹੜਾ ਜਿਉਂਦਿਆਂ ਜਾਂ। ਕਾਪਾ ਹਮੇਸ਼ਾ ਕਹਿੰਦਾ ਸੀ ਕਿ ਬੇਬੇ ਆਹ ਕਹਿੰਦੀ ਆ, ਬੇਬੇ ਆਹ ਕਹਿੰਦੀ ਆ। ਬੇਬੇ ਕੁਝ ਤਾਂ ਕਹਿ, ਸਾਡਿਆਂ ਦਿਮਾਗਾਂ ਤੇ ਨਸ਼ੇ ਦਾ ਅਸਰ ਸੀ ਬੇਬੇ। ਨਸ਼ੇ ਦਾ ਅਸਰ ਮਾਂ ਦੇ ਦੁੱਧ ਤੋਂ ਵੀ ਜ਼ਿਆਦਾ ਹੁੰਦੇ ਭਲਾ। ਬਈ ਹੈਲੋ, ਤੂੰ ਤੇ ਦੌੜਾ ਹੀ ਬੜਾ ਹੈ। ਹੈ
ਚੱਲ ਕਾਕਾ, ਤੂੰ ਮਾਰ ਲੈ, ਤੂੰ ਵੀ ਖੋਲ ਲੈ ਆਪਣੇ ਹੱਥ। ਉਹ ਮਾਰਦੇ ਹੁਣ ਉਹ ਏਦਾਂ ਮਾਰੀਦਾ। ਚਲੋ ਬਈ, ਦੌੜ ਸਮਾਪਤ ਹੋਈ। ਖੁਆਬ ਭੁੱਲ ਗਏ ਅੰਬਰੀ ਉੱਡਣੇ ਦੇ, ਖੁਦ ਲਾ ਲਈਆਂ ਖੰਭਾਂ ਨੂੰ ਆਰੀਆਂ, ਵੇ ਪਤਾ ਲੱਭ ਲਿਆ ਕਿਤੋਂ ਹਨੇਰਿਆਂ ਦਾ। ਕਾਲੇ ਰਾਹਾਂ ਨਾਲ ਲਾ ਲਈਆਂ ਯਾਰੀਆਂ। ਦੀਪ ਉਸਤਾਦ ਨੇ ਠੀਕ ਹੀ ਕਿਹਾ ਸੀ, ਇਸ ਜ਼ਿੰਦਗੀ ਦਾ ਅੰਤ ਮੌਤ ਹੈ। ਆਜਾ ਹੁਣ ਸਾਲਿਆ, ਮੰਤਰੀ ਦਾ ਫੋਨ ਆਈ ਜਾਂਦਾ, ਚੱਲ ਚੱਲੀਏ। ਮੈਂ ਨਹੀਂ ਜਾਣਾ ਬਾਈ, ਮੈਂ ਪਿੰਡ ਮੁੜਨਾ ਯਾਰ। ਮੰਤਰੀ ਦੇ ਕੰਮ ਨੂੰ ਜਵਾਬ ਦੇਂਗਾ, ਤੂੰ ਮਰਨਾ ਚਾਹੁੰਦਾ ਸਾਲਿਆ? ਬਾਈ ਮਰਨਾ ਤਾਂ ਇੱਥੇ ਸਾਰਿਆਂ ਨੇ ਹੀ ਹੈ, ਪਹਿਲਾਂ ਕਾਪਾ ਮਰ ਗਿਆ, ਫਿਰ ਦੀਪ, ਤੇ ਹੁਣ ਮੇਰੀ ਵਾਰੀ ਹੈ ਯਾਰ। ਕਿਉਂ ਭਕਾਈ ਮਰੀ ਜਾਂਦਾ, ਤੈਨੂੰ ਭਲਾ ਕੌਣ ਮਾਰੂਗਾ? ਮੈਨੂੰ ਤੂੰ ਮਾਰੇਗਾ ਬਈ ਯਾਰ। ਮੈਂ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦਾ, ਮੈਂ ਪਿੰਡ ਮੁੜਨਾ ਚਾਹੁੰਦਾ ਬਾਈ, ਮੈਂ ਪਿੰਡ ਮੁੜਨਾ ਚਾਹੁੰਦਾ। ਤੂੰ ਜਿੱਥੇ ਜਾਣਾ ਚਾਹ ਬਾਈ, ਪਰ ਮੈਂ ਨਹੀਂ। ਓਏ ਹੁਣ ਤਾਂ ਵਾਰੀ ਆਈ ਹੈ ਉਸਤਾਦ ਹੋਣਾ ਦੀ ਜਗ੍ਹਾ ਲੈਣ ਦੀ, ਦਫਾ ਉਸ ਸਾਲਿਆ, ਮਰ ਕੁੱਤੇ ਦੀ ਮੌਤ। ਹੈਲੋ, ਸੁਖਚੈਨ ਦੀ ਹਾਲਤ ਬਹੁਤ ਖਰਾਬ ਹੈ, ਤੁਸੀਂ ਛੇਤੀ ਹਸਪਤਾਲ ਆ ਜਾਓ। ਕੀ ਹੋਇਆ ਉਹਨੂੰ? ਮੈਂ ਨਹੀਂ ਜਾਣਦੀ, ਬਸ ਤੁਸੀਂ ਛੇਤੀ ਆ ਜਾਓ। ਡਾਕਟਰ ਸਾਹਿਬ, ਕੀ ਹੋਇਆ ਮੇਰੇ ਪੁੱਤ ਨੂੰ? ਇਹਨਾਂ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਅਤੇ ਲਗਾਤਾਰ ਕਰ ਰਹੇ ਸੀ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਡਾਕਟਰ ਸਾਹਿਬ, ਪੈਸਾ ਜਿੰਨਾ ਮਰਜ਼ੀ ਲੱਗ ਜਾਏ, ਮੇਰੇ ਪੁੱਤ ਨੂੰ ਬਚਾ ਲਓ। ਅੰਕਲ, ਪੈਸਿਆਂ ਨਾਲ ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ। ਮੈਂ ਤਾਂ ਤੈਨੂੰ ਚੰਡੀਗੜ੍ਹ ਪੜ੍ਹਨ ਵਾਸਤੇ ਭੇਜਿਆ ਸੀ, ਇਹ ਤੂੰ ਕੀ ਕਰ ਬੈਠਾ? ਇਹ ਸਭ ਕਿਵੇਂ ਹੋਇਆ? ਰਾਜ ਰਾਏ, ਹੁਣ ਚੁੱਪ ਕਿਉਂ ਹੈ?
ਪੈਸੇ ਨਾਲ ਬਚਾ ਲੈ ਆਪਦੇ ਪੁੱਤ ਨੂੰ। ਹੁਣ ਬੋਲਦੇ ਕਿਉਂ ਨਹੀਂ? ਅੱਜ ਵੀ ਮਾਰ ਦਬਕਾ ਕਰਾ ਦੇ ਚੁੱਪ ਮੈਨੂੰ। ਵੇ ਜਿਹੜੀਆਂ ਕਬਰਾਂ ਲੋਕਾਂ ਲਈ ਪੱਟਦਾ ਸੀ, ਆਪਦਾ ਪੁੱਤ ਉਸੇ ਚ ਡਿੱਗ ਪਿਆ। ਜਾ ਜਾ ਕੇ ਹੋਰ ਵੇਚ ਲੈ ਸਮੈਕਾ, ਤੂੰ ਮੇਰਾ ਪੁੱਤ ਖਾ ਲਿਆ ਸਰਦਾਰਾ। ਮੈਂ ਤੈਨੂੰ ਕਦੇ ਮਾਫ ਨਹੀਂ ਕਰਨਾ। ਹਾਲੇ ਵੀ ਟਾਈਮ ਹੈਗਾ, ਆਪਦੇ ਪਾਪ ਧੋ ਲੈ, ਖਬਰ ਹੈ ਮੇਰਾ ਪੁੱਤ ਬਚ ਹੀ ਜਾਵੇ। ਸਰ ਉਹ ਮੁੰਡਾ ਆ ਗਿਆ ਜੀ। ਜੀ ਸਤਿ ਸ੍ਰੀ ਅਕਾਲ ਜੀ। ਇਕੱਲਾ ਹੀ ਆ ਗਿਆ? ਸਰ ਉਹ ਛੱਡ ਗਿਆ ਜੀ ਸਾਥ ਮੇਰਾ, ਕਹਿੰਦਾ ਮੈਂ ਹੁਣ ਹੋਰ ਨਹੀਂ ਰਹਿਣਾ ਤੁਹਾਡੇ ਨਾਲ, ਪਿੰਡ ਚੱਲਿਆ ਜੀ। ਮੈਨੂੰ ਕਹਿੰਦਾ ਤੂੰ ਮੈਨੂੰ ਵੀ ਮਾਰੇਗਾ ਜਿਵੇਂ ਉਸਤਾਦ ਨੂੰ ਮਾਰਿਆ ਸੀ। ਠੀਕ ਹੀ ਕਹਿੰਦਾ ਫਿਰ। ਕੀ ਮਤਲਬ ਜੀ? ਮਤਲਬ ਇਹ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਅਸਲੀ ਉਸਤਾਦ ਤਾਂ ਤੂੰ ਹੈ, ਉਹ ਤਾਂ ਸਾਲਾ ਐਵੇਂ ਸੀ। ਠਸ। ਮੈਂ ਸਮਝਿਆ ਨਹੀਂ ਜੀ। ਮੈਂ ਸਮਝਾ ਦਾ ਨਾ। ਗੱਲ ਇਹ ਹੈ, ਜਿਹੜਾ ਉਹ ਮੁੰਡਾ ਨਾ ਤੇਰਾ ਮਿੱਤਰ, ਤੇਰੇ ਰਾਹ ਦਾ ਸਭ ਤੋਂ ਵੱਡਾ ਰੋੜਾ ਉਹੀ ਹੈ। ਤੈਨੂੰ ਕਿਸੇ ਵਕਤ ਵੀ ਜੇਲ੍ਹ ਭੇਜ ਸਕਦਾ ਹੈ। ਉਸਤਾਦ ਬਣਨਾ ਹੈ ਤਾਂ ਰਾਹ ਦੇ ਰੋੜੇ ਨੂੰ ਦੂਰ ਕਰਨਾ ਪਊਗਾ। ਗੱਲ ਸੁਣ, ਮਾਰ ਦੇ ਉਹਨੂੰ। ਪਰ ਸਰ ਕੀ ਪਰ ਓਏ? ਚਿੰਤਾ ਨਹੀਂ ਕਰੀਦੀ। ਚਿੰਤਾ ਨਾ ਜਿਹੜੀ ਚੇਤਾ ਦੇ ਸਮਾਨ ਹੁੰਦੀ ਹੈ। ਇਹ ਗੱਲ ਮੈਂ ਨਹੀਂ ਕਹੀ, ਮੈਥੋਂ ਵੀ ਕਿਸੇ ਬਹੁਤ ਸਿਆਣੇ ਬੰਦੇ ਨੇ ਕਹੀ ਹੈ। ਉਹ ਚੰਡੀਗੜ੍ਹ ਵਾਲੀ ਕੋਠੀ ਹੈ ਨਾ ਆਪਣੀ, ਉਹ ਵਿਹਲੀ ਕਰਾ ਦੇ ਤੇਰੇ ਲਈ। ਯਾ ਬਤੰਦਰਾ, ਐਸ਼ ਕਰ ਜਾ। ਨੀਰਜ ਬੋਲਦਾ ਬਈ, ਉਹਨਾਂ ਨੇ ਜਗਦੀਪ ਨੂੰ ਮਾਰਤਾ, ਉਹ ਮੈਨੂੰ ਵੀ ਮਾਰ ਦੇਣਗੇ ਬਈ। ਮੈਨੂੰ ਬਚਾ ਲਓ ਯਾਰ।
ਆ ਲਓ ਰਾਏ ਸਾਹਿਬ, ਇਸ ਵਾਰ ਦੀ ਐਡਵਾਂਸ ਪੇਮੈਂਟ। ਹੁਣ ਤਾਂ ਕਾਲਜਾਂ ਦੇ ਨਾਲ ਨਾਲ ਸਕੂਲਾਂ 'ਚ ਵੀ ਗਾਹਕ ਬਣ ਗਿਆ ਆਪਣੇ, ਅਤੇ ਇਹ ਸਭ ਕੁਝ ਇਸ ਮੁੰਡੇ ਕਰਕੇ ਹੋਇਆ। ਪਰ ਤੂੰ ਤਾਂ ਸਰ, ਮੈਂ ਭੰਗੂ ਨਾਲ ਹੋਰ ਕੰਮ ਨਹੀਂ ਕਰ ਸਕਦਾ, ਅੱਜ ਕੰਮ 'ਤੇ ਜਾਣਾ ਸੀ, ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਅਸਲੀ ਉਸਤਾਦ ਤਾਂ ਤੂੰ ਹੈ, ਉਹ ਤਾਂ ਸਾਲਾ ਐਵੇਂ ਹੈ ਠੁੱਸ, ਵਿਰੋਧੀ ਪਾਰਟੀ ਵਾਲੇ ਨੇ ਹਥਿਆਰ ਦੇ ਕੇ ਤੋਰਿਆ ਉਹਨੂੰ, ਲੱਭਦਾ ਫਿਰਦਾ ਮਾਰਨ ਨੂੰ ਤੈਨੂੰ। ਸਰ ਹੁਣ ਫਿਰ ਮਾਰਦੇ ਉਹਨੂੰ, ਸੱਪ ਤੇ ਦੁਸ਼ਮਣ ਨੂੰ ਕਦੇ ਮੌਕਾ ਨਹੀਂ ਦਈਦਾ, ਇਹ ਗੱਲ ਮੈਂ ਨਹੀਂ, ਇੱਥੋਂ ਵੀ ਕਿਸੇ ਸਿਆਣੇ ਬੰਦੇ ਨੇ ਕਹੀ ਹੈ। ਪਰ ਸਰ, ਪਰ ਕੀ ਹੋਏ, ਘਬਰਾਉਣਾ ਨਹੀਂ, ਰਾਹ ਦਾ ਰੋੜਾ ਉਹ ਤੇਰੇ, ਜੇ ਉਸਤਾਦ ਬਣਨਾ ਨਾ ਤਾਂ ਰਾਹ ਦੇ ਰੋੜਿਆਂ ਨੂੰ ਸਾਫ਼ ਕਰਨਾ ਪੈਂਦਾ, ਸਮਝ ਗਿਆ? ਚੰਡੀਗੜ੍ਹ ਵਾਲੀ ਕੋਠੀ ਤੇਰੇ ਲਈ ਖਾਲੀ ਕਰਾਈ ਹੈ ਸਪੈਸ਼ਲ, ਜਾ ਕੇ ਐਸ਼ ਕਰ। ਸਾਰੀ ਤਾਂ ਕਾਨਪੁਰੀਆ ਲੱਗਦਾ। ਕਾਨਪੁਰੀਆ ਤਾਂ ਚਣਾ ਖਾਣਾ ਚੱਕੀ ਫਿਰਦਾ, ਵਿਦੇਸ਼ੀ ਹੈ, ਬੰਦੇ ਦੇ ਹੱਥ 'ਚ ਹੋਵੇ ਨਾ ਇੱਕ ਦਿਨ 'ਚ ਗੁੰਡੇ ਤੋਂ ਗੈਂਗਸਟਰ ਬਣ ਜਾਂਦਾ। ਰਾਣੀ ਮੇਰੀ ਓਏ, ਆ ਕਿਹਨੇ ਪਟਾਕੇ ਚਲਾਇਆ ਓਏ? ਵਿਦੇਸ਼ੀ ਅਸਲੇ ਸਰ, ਉਹ ਚੈੱਕ ਕਰਦੇ ਹੋਣਗੇ ਜੀ ਮੁੰਡੇ। ਉਹ ਤੁਹਾਡਾ ਦਿਮਾਗ ਖਰਾਬ ਹੋਇਆ, ਨਜਾਇਜ਼ ਅਸਲਾ ਘਰੇ ਚੈੱਕ ਕਰੀਦਾ? 10 ਸਾਲ ਹੋ ਗਏ ਮੈਨੂੰ ਸਮੈਕ ਦਾ ਕੰਮ ਕਰਦੇ ਨੂੰ, ਅਤੇ 5 ਸਾਲ ਹੋ ਗਏ ਨਜਾਇਜ਼ ਹਥਿਆਰਾਂ ਦਾ ਕੰਮ ਕਰਦੇ ਨੂੰ। ਤੁਹਾਡਾ ਬੱਸ ਚੱਲੇ ਤਾਂ ਇੱਕ ਦਿਨ ਦੇ ਵਿੱਚ ਬਰਬਾਦ ਕਰਕੇ ਰੱਖ ਦਿਓ ਮੈਨੂੰ। ਜਾ, ਠੀਕ ਹੈ ਜੀ। ਹੈਲੋ। ਹੈਲੋ, ਸ਼ਿਵਾ ਬੋਲ ਰਿਹਾ। ਤੇਰਾ ਸ਼ਿਕਾਰ ਰੇਲਵੇ ਸਟੇਸ਼ਨ ਵੱਲ ਤੁਰਿਆ ਜਾਂਦਾ, ਚੱਲ ਨਾਪਲਾ ਜਾ ਕੇ। ਤੈਨੂੰ ਕਿਹਾ ਸੀ ਨਾ ਕਿ ਤੂੰ ਮੈਨੂੰ ਮਾਰੇਗਾ। ਜਿਨ੍ਹਾਂ ਹੱਥਾਂ ਨੇ ਤੈਨੂੰ ਪਸਤੌਲ ਦਿੱਤਾ ਹੈ ਨਾ, ਉਹਨਾਂ ਹੱਥਾਂ ਨੇ ਮੈਨੂੰ ਵੀ ਪਸਤੌਲ ਦਿੱਤਾ ਸੀ ਤੈਨੂੰ ਮਾਰਨ ਲਈ। ਮੈਨੂੰ ਪਤਾ ਤੂੰ ਹੈਰਾਨ ਹੋਵੇਗਾ, ਪਿੰਜਰਾ ਜਿੰਨਾ ਮਰਜ਼ੀ ਸੋਹਣਾ ਹੋਵੇ ਪਰ ਉਸਦੀ ਦੋਸਤੀ ਕਦੇ ਪਰਵਾਸ ਨਾਲ ਨਹੀਂ ਹੁੰਦੀ। ਜਿਨ੍ਹਾਂ ਕਰਕੇ ਤੂੰ ਪਰੇਸ਼ਾਨ ਹੈ ਨਾ, ਉਹਨਾਂ ਦਾ ਜੁਗਾੜ ਵੀ ਮੈਂ ਹੀ ਕਰਕੇ ਆਇਆ। ਨੀਰਜ, ਤੈਨੂੰ ਡਰਨ ਦੀ ਲੋੜ ਨਹੀਂ, ਨਿਸ਼ਾਨ ਸਿੰਘ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ, ਹੁਣ ਇਹ ਵੀ ਆਪਣੇ ਨਾਲ ਨੇ। ਉਹਨਾਂ ਦੀ ਮਾੜੀ ਕਿਸਮਤ ਕਿ ਮੈਂ ਬਚ ਗਿਆ, ਹੁਣ ਉਹ ਨਹੀਂ ਬਚਣਗੇ। ਮੁਲਾਜ਼ਮ ਹੋਣ ਦਾ ਮਤਲਬ ਇਹ ਨਹੀਂ ਸਿਰਫ ਤਨਖਾਹ ਲੈਣਾ, ਕਾਨੂੰਨ ਸਬੂਤ ਭਾਲਦਾ। ਤੂੰ ਉਹਨਾਂ ਖਿਲਾਫ਼ ਸਬੂਤ ਲੈ ਕੇ ਆ, ਫਿਰ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ। ਮੈਂ ਇੱਕ ਪੋਤਾ ਮਰਵਾ ਲਿਆ, ਹੁਣ ਹੋਰ ਨਹੀਂ ਮਰਨ ਦੇਣੇ। ਜੇ ਬੇਈਮਾਨ ਬੰਦੇ ਕੋਹਰਾ ਮਚਾ ਸਕਦੇ ਆ ਤਾਂ ਉਹਨਾਂ ਨੂੰ ਹੁਣ ਪਤਾ ਲੱਗੂ, ਜਦੋਂ ਇਮਾਨਦਾਰ ਇਕੱਠੇ ਹੁੰਦੇ ਆ ਤਾਂ ਝੂਠ ਦੀਆਂ ਜੜ੍ਹਾਂ ਹਿੱਲ ਜਾਂਦੀਆਂ ਨੇ। ਬਾਈ ਜੀ, ਤੁਸੀਂ ਇਹਨਾਂ ਮੁੰਡਿਆਂ ਨੂੰ ਵਰਤ ਕੇ ਬਹੁਤ ਪੈਸਾ ਕਮਾ ਲਿਆ, ਪਰ ਅੱਜ ਖੁਦ ਨੂੰ ਵਰਤ ਕੇ ਪੁੰਨ ਕਮਾ ਲਓ।
ਧਿਆਨ ਨਾਲ ਜਾਈ, ਸ਼ੇਰ ਦੇ ਮੂੰਹ 'ਚੋਂ ਬੋਟੀ ਖੋਣ ਜਾ ਰਿਹਾ। ਕਾਪੇ ਬਾਈ ਦੀ ਬੇਬੇ ਕਹਿੰਦੀ ਹੁੰਦੀ ਸੀ ਕਿ ਕਾਗਜ਼ ਦੇ ਸ਼ੇਰ ਕਦੇ ਦਹਾੜਦੇ ਨਹੀਂ, ਅਤੇ ਹੁਣ ਮੰਤਰੀ ਨਾਲ ਬਹੁਤ ਮਾੜੀ ਹੋਣ ਵਾਲੀ ਆ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਮੰਤਰੀ ਰਾਜ ਰਾਏ ਨੂੰ ਨਸ਼ਾ ਤਸਕਰੀ ਤੇ ਨਜਾਇਜ਼ ਹਥਿਆਰਾਂ ਦੇ ਕਾਰੋਬਾਰ ਵਿੱਚ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਰੈੱਡ ਆਰਟਸ ਵੱਲੋਂ ਮੰਤਰੀ ਰਾਜ ਰਾਏ ਦੇ ਨੇੜਲੇ ਸਾਥੀ ਨਿਸ਼ਾਂਤ ਸਿੰਘ ਨਾਲ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਕੁਝ ਹੀ ਮਿੰਟਾਂ ਵਿੱਚ ਵੀਡੀਓ ਵਾਇਰਲ ਕਰ ਦਿੱਤੀ ਗਈ, ਜਿਸ ਵਿੱਚ ਮੰਤਰੀ ਰਾਜ ਰਾਏ ਸਾਫ਼ ਸ਼ਬਦਾਂ ਵਿੱਚ ਕਹਿ ਰਹੇ ਨੇ ਕਿ ਉਹ ਪਿਛਲੇ 10 ਸਾਲਾਂ ਤੋਂ ਇਹ ਧੰਦਾ ਕਰ ਰਹੇ ਨੇ। ਲੋਕਾਂ ਦੇ ਦਬਾਅ ਨੂੰ ਦੇਖਦਿਆਂ ਸਰਕਾਰ ਵੱਲੋਂ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਸੇ ਦੌਰਾਨ ਹੀ ਨਿਸ਼ਾਂਤ ਸਿੰਘ ਵੱਲੋਂ ਪੁਲਿਸ ਦੇ ਅੱਗੇ ਆਤਮ ਸਮਰਪਣ ਕੀਤਾ ਗਿਆ। ਮੋੜ ਤਾਂ ਹੀ ਹੁੰਦੇ ਨੇ ਵੀਰੇ, ਪਰ ਲਾਸ਼ਾਂ ਦੇ ਚਿਹਰੇ ਬਦਲ ਜਾਂਦੇ ਨੇ। ਤੂੰ ਜ਼ੋਰ ਲਗਾ ਦੇ ਖੇਡਣ ਤੇ, ਜਿੱਤ ਹਾਰ ਬੇਲੀਆ ਦੇਖਾਂਗੇ। ਤੂੰ ਜ਼ੋਰ ਲਗਾ ਦੇ ਖੇਡਣ ਤੇ, ਜਿੱਤ ਹਾਰ ਬੇਲੀਆ ਦੇਖਾਂਗੇ। ਗੱਲ ਕਰ। ਹੈਲੋ, ਅਪੋਜੀਸ਼ਨ ਤੋਂ ਬੋਲਦਾ ਮੈਂ। ਰਾਜ ਰਾਏ ਤਾਂ ਫੜਿਆ ਗਿਆ, ਪਰ ਘਬਰਾਉਣ ਦੀ ਲੋੜ ਨਹੀਂ। ਮੇਰੀ ਕੋਠੀ ਆ ਜਾ ਤੇ ਆ ਕੇ ਕੰਮ ਸਾਂਭ। ਫਿਰ ਕੀ ਹੋਇਆ? ਰਾਜ ਰਾਏ ਫੜਿਆ ਗਿਆ। ਆਪਣੇ ਵਰਗੇ ਬੰਦਿਆਂ ਦੀ ਹਰੇਕ ਨੂੰ ਲੋੜ ਪੈਂਦੀ ਰਹਿੰਦੀ ਹੈ। ਹੈਲੋ, ਸਾਨੂੰ ਜਾਣਦਾ? ਕੋਈ ਨਹੀਂ, ਜਾਣ ਜਾਏਗਾ। ਜਿਹੜਾ ਨਵਾਂ ਬੰਦਾ ਆਉਂਦਾ ਹੈ ਨਾ, ਉਹਨੂੰ ਸਾਡੀ ਗੈਂਗ ਤਾਂ ਜੁਆਇਨ ਕਰਨੀ ਓ ਪੈਂਦੀ ਹੈ। ਦਾਰੂ ਪੀ ਲੈਣਾ? ਅਸੀਂ ਵੀ ਨਹੀਂ ਪੀਂਦੇ। ਜੇ ਚੰਗੇ ਨੰਬਰ ਲੈਣੇ ਆ ਨਾ, ਤਾਂ ਸਾਡੇ ਵਾਲਾ ਸਮਾਨ ਤਾਂ ਵਰਤਣਾ ਹੀ ਪੈਣਾ। ਲੈ ਫੜ। ਓਏ, ਬਣ ਤੁਰੋ ਕਾਫਿਲਾ ਰੋਸ਼ਨੀ ਦਾ, ਮਿਟ ਜਾਣੀਆਂ ਰਾਤਾਂ ਕਾਲੀਆਂ ਨੇ, ਵਾਂਗ ਜੁਗ ਨੂੰ ਜਾਣਨ ਦਾ ਦਿਓ ਹੋਕਾ। ਜਾਗ ਉੱਠਣਾ ਸਮੇਂ ਦੇ ਹਾਣੀਆਂ ਨੇ, ਬੇਟਾ ਜੀ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਜਿਸ ਬੱਚੇ ਨੂੰ ਤੁਸੀਂ ਬਚਾਇਆ ਰੈੱਡ ਆਰਟਸ ਟੀਮ ਨੇ, ਉਸ ਬੱਚੇ ਦਾ ਕੀ ਬਣਿਆ?
ਅੰਤ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਨੂੰ ਵੈਲੀਆਂ ਦੀ ਨਹੀਂ ਸੂਰਮਿਆਂ ਦੀ ਲੋੜ ਹੈ। ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ, ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ। ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ, ਅੱਜ ਗੱਭਰੂ